ਚੌਂਕੀ ਨੂੰ ਗੋਲੀਆਂ ਮਾਰਦੇ ਸੀ ਚੌਂਕੀ ਨੂੰ ਗੋਲੀਆਂ ਮਾਰਦੇ ਸੀ ਚੌਂਕੀ ਕਣੀ ਕਿਹੜਾ ਐਸਐਸਪੀ ਆਇਆ ਜੀ ਇੱਥੇ ਪਿੰਡ ਸਾਡੇ ਤੂੰ ਤੇ ਕੁਦਰਤੀ ਇਹ ਆ ਗਈ ਇਹਦਾ ਇੱਥੇ ਰਾਤ ਦੇ ਮੁਕਾਬਲਾ ਆ ਗਿਆ ਇੱਥੇ ਕਿਹੜੀ ਜੂਏ ਤੇ ਇਹ ਪਿੱਛੇ ਸੀ ਕਹਿੰਦੇ ਸਿੱਧੀਆਂ ਮਾਰਦੇ ਜੀ ਪੁਲਿਸ ਪਿੱਛੇ ਭੱਜੀ ਉਹਨਾਂ ਦੇ ਸ਼ਹਿਰਿਆਂ ਨੂੰ ਕਹਿਣ ਸੀ ਦੈਨ ਬੰਨ ਲੋ ਜਦੋਂ ਮਰਦੀ ਪੁਲਿਸ ਨੂੰ ਕਹਿਣ ਸੀ ਵੀ ਦੈਨ ਬੰਨ ਲੋ ਜਦੋਂ ਮਰਦੀ ਜਿਹੜਾ ਕਹਿੰਦਾ ਸੀ ਵੀ ਅਰਜੜੋ ਇੱਧਰ ਨੂੰ ਗਏ ਕਿਸੇ ਨੂੰ ਨਜਾਇਜ਼ ਤੰਗ ਨਾ ਕਰਿਓ ਤੁਸੀਂ ਆਉ ਕੋ ਵੀ ਇੱਧਰ ਨੂੰ ਜੇ ਇੱਧਰ ਨੂੰ ਗਏ ਤਾਂ ਇੱਧਰ ਨੂੰ ਕਹੋਗੇ ਪੁਲਿਸ ਆ ਭੱਜਣ ਦੇ ਪਾਸੇ ਵੀ ਉਲਟਾ ਦੱਸੋ ਸਾਨੂੰ ਇਹ ਦੱਸੋ ਗਏ ਕਿੱਧਰ ਸਹੀ ਨਾ ਸਾਨੂੰ ਦੱਸੋ ਦੇਖ ਕੇ ਇਹ ਜੀ ਦੱਸਦੇ ਆ ਸੁਣ ਦੱਸਦੇ ਹੋਗੇ ਵੀ ਕਿੱਡਾ ਕੁ ਜਵਾਨ ਸੀ ਕੋਈ ਦੇਖ ਜਵਾਨ ਬਹੁਤ ਸੀ ਤੇ ਗੋਰੇ ਰੰਗ ਦੇ ਜੀ ਯਾਰ ਆਮ ਕਹਿੰਦੇ ਵੀ 6 ਫੁੱਟ ਦੇ ਨੇੜ ਸੀ ਉਹ ਪਤਲਾ ਸੀ ਸਰੀਰ ਦਾ ਬੜਾ ਬਾਪੂ ਜਾਂਦਾ ਪਤਲਾ ਸੀ ਥੋੜਾ ਸਰੀਰ ਦਾ ਤੇ ਕਾਠ ਬਹੁਤ ਸੀ ਘਰੇ ਆਉਂਦੇ ਸੀ ਪਿੰਡ ਆਪਣੇ ਕੋਲ ਘਰ ਨਾਲ ਦੇ ਫਤੀਰਗਾਂ ਤੇ ਹੁੰਦਾ ਸੀ ਲਟੈਣਾ ਬੋਲਦੇ ਸੀ ਘਰੇ ਆਉਂਦੇ ਘਰ ਦੋ ਤਿੰਨੇ ਦੀ ਢੇੜ ਆ ਮਾੜੀ ਮੁੱਟੀ ਹੁੰਦੀ ਸੀ ਇੱਕ ਦਾ ਬਰਾਂਡਾ ਉਹ ਢੇੜ ਜਾਂਦੀ ਸੀ ਪੁਲਿਸ ਆ ਕੇ ਪੁਲਿਸ ਲੈ ਜਾਂਦੀ ਛੱਡੀ ਫਿਰ ਜਾਂਦੀ ਜੇ ਮਾਰ ਚੱਕ ਦੇ ਮਾੜਾ ਮੋਟਾ ਗਾਰਾ ਗੂਰਾ ਪਾ ਕੇ ਫੇਰ ਬੈਠਣ ਜੋ ਕਬੜਾ ਕਰਦੇ ਸੀ ਅੱਛਾ ਪੁਲਿਸ ਢੇੜ ਜਾਂਦੀ ਸੀ ਪੁਲਿਸ ਢੇੜ ਦੋ ਤਿੰਨ ਵਾਰੀ ਢੇੜ ਕੋਈ ਆ ਕੇ ਬੈਠੇ ਨਾ ਪਸ਼ੂ ਖੋਲ ਜਾਂਦੀ ਸੀ ਉਹ ਤਾਂ ਕਹਿੰਦੇ ਚੌਂਕੀ ਵੀ ਤੁਹਾਡੇ ਪਿੰਡ ਬਣ ਗਈ ਸੀ ਚੌਂਕੀ ਹਾਂ ਬਾਅਦ ਚ ਅਰਜਨ ਦੇ ਭੱਜਣ ਨਾਲ ਚੌਂਕੀ ਬਣੀ ਅਰਜਨ ਦਾ ਕਰਕੇ ਚੌਂਕੀ ਬਣੀ ਪਰ ਬਾਪੂ ਦੱਸਦਾ ਸੀ ਚੌਂਕੀ ਭਾਵੇਂ ਸੀਗੀ ਤੇ ਪਰ ਜਦੋਂ ਅਰਜਨ ਹੁਣ ਆਉਂਦੇ ਸੀ ਨਾ ਐ ਬੀਹੀ ਤੁਰੇ ਜਾਂਦੇ ਆ ਤੇ ਚੌਂਕੀ ਵਾਲੇ ਮਗਰ ਨਹੀਂ ਲੱਗਦੇ ਸੀ ਢੁੱਡੀ ਕੈਂਟ ਪਾਰਟੀ ਚੱਲਦੀ ਸੀ ਹਰੀ ਦੀ ਉਹ ਐਡਾ ਹੰਕਾਰਿਆ ਸੀ ਨਾ ਉਹ ਹੋਕਾ ਦੇ ਦਿੰਦਾ ਸੀ ਸਪੀਕਰ 'ਚ ਵੀ ਕੱਲ੍ਹ ਨੂੰ ਹਲ ਨਾ ਕੋਈ ਜੋੜੇ ਐਡਾ ਅਫਰਿਆ ਸੀ ਉਹ ਤੇ ਲੋਕ ਇੰਨੇ ਡਰਦੇ ਸੀ ਹਲ ਜੋੜ ਦੇਣ ਉਹ ਐਡਾ ਕੰਜਰ ਸੀ ਐਡਾ ਗੰਦਾ ਸੀ ਹਰੀ ਕਿਸੇ ਕੁੜੀ ਨੂੰ ਜਦੋਂ ਸਹੁਰੀ ਤੋਰਦੇ ਤੁਰਨ ਨਹੀਂ ਦਿੰਦਾ ਸੀ ਮਿਸਤਰੀਆਂ ਦੀ ਕੁੜੀ ਸੀ ਦੱਸਦੇ ਆ ਵੀ ਮਿਸਤਰੀਆਂ ਦੀ ਕੁੜੀ ਨੂੰ ਤੁਰਨ ਨਹੀਂ ਸੀ ਦਿੰਦਾ ਵੀ ਮੇਰੇ ਜਾਊਗੀ ਜਦੋਂ ਉੱਥੇ ਓਹਲਾ ਹੋ ਗਿਆ ਇਹਨੇ ਬਤਲੇ ਨੇ ਅਰਜਨ ਨੇ ਜੰਗੀਰ ਨੇ ਇਹਨਾਂ ਨੇ ਮੋਢੀ ਹੋ ਕੇ ਕਹਿੰਦੇ ਫਿਰ ਉਹ ਫੜ ਲਿਆ ਫੜ ਕੇ ਕਹਿੰਦੇ ਸੂਏ ਤੇ ਲਿਆਏ ਉੱਥੇ ਲਿਆਏ ਕਹਿੰਦੇ ਉਹ ਜੱਟ ਨੂੰ ਸੱਦੋ ਉਹ ਸੱਦਿਆ ਜੀ ਦਾ ਪੁੱਤ ਮਾਰਿਆ ਸੀ ਫਿਰ ਉਹਨੇ ਭੱਜੇ ਫਿਰਦੇ ਨੇ ਵੀ ਕੋਈ ਇਸ ਤਰ੍ਹਾਂ ਪਛਾਣ ਨਹੀਂ ਹਟਿਆ ਚੰਗੇ ਕੰਮ ਕੀਤੇ ਉਹਦੇ ਬਾਅਦ ਸਾਨੂੰ ਉਹਦਾ ਕੋਈ ਪਤਾ ਨਹੀਂ ਲੱਗਿਆ ਗਾ ਇਕੱਲੇ ਨੇ ਸਾਰੇ ਬੰਦੇ ਦਸ ਕਿੱਲੇ ਗਹਿ ਰਿਹਾ ਇਹ ਵੱਡੇ ਭਰਾ ਸੀ ਅਰਜਨ ਸਿੰਘ ਸਭ ਤੋਂ ਵੱਡਾ ਬਚਨ ਸਿੰਘ ਦੀ ਸ਼ਹੀਦੀ ਨੇ ਇਹ ਸਾਰਾ ਕਜਗਾ ਤੋਰਿਆ ਫਿਰ ਇਹ ਵੀ ਹੁਣ 6 ਪਾਈ ਸੀ ਇਹਨਾਂ ਦਾ ਪਿਓ ਕਹਿੰਦਾ ਕੁਛ ਵੀ ਹੋ ਜਾਵੇ ਭਾਵੇਂ ਮੇਰੇ 6 ਸੀ 5 ਸ਼ਹੀਦ ਹੋ ਜਾਣ ਇਹ ਬਖਸ਼ਣਾ ਨਹੀਂ ਬੂਟੇ ਹੁਣ ਦਾਦੀ ਨੇ ਕਿਹਾ ਵੀ ਮੈਂ ਬਚਦੀ ਤਾਂ ਜੇ ਰਲਾ ਮਰੀ ਰਲਾ ਮਾਰ ਕੇ ਉਹਨੇ ਘਰ ਜਾ ਕੇ ਦੱਸਿਆ ਨਗੀਰ ਨੇ ਮਾਂ ਮੈਂ ਤੇਰਾ ਕਰਜ਼ਾ ਲਾਇਆ ਉਹ ਕਹਿੰਦੀ ਚੰਗਾ ਲਿਆ ਮੈਨੂੰ ਦਿਖਾ ਸਿਰ ਕਿੱਥੇ ਉਹਦਾ ਫਿਰ ਉਹਦਾ ਸਿਰ ਵੱਢ ਕੇ ਲਿਜਾ ਕੇ ਘਰੇ ਮਾਂ ਨੂੰ ਦਿਖਾਇਆ ਵਿਆਹ ਲੈ ਇਹ ਐਸਾ ਪਰਿਵਾਰ ਅਣਖੀ ਆ ਇਹ ਵਿਚਾਰੀਆਂ ਦੋ ਟੂਮਾਂ ਸੀ ਉਹਨਾਂ ਕੋਲ ਕੋਈ ਪੈਸੇ ਪੂਸੇ ਉਹਨਾਂ ਦੇ ਖੋਲ ਕੋਈ ਬਾਲੀਆਂ ਲਾ ਲੀਆਂ ਤੇ ਉਹਨਾਂ ਨੂੰ ਕਹਿੰਦਾ ਉਹਨੂੰ ਦੱਸ ਦਿਓ ਮੈਂ ਅਰਜਨ ਅਰਜਨ ਰਹੀਆਂ ਉਹ ਕੁਦਰਤੀ ਮਰਜ਼ੀ ਇਹੋ ਜਿਹੀ ਹੋਈ ਗਾਂਹ ਕਿਤੇ ਉਹ ਬੁੜੀਆਂ ਪਿੱਟਦੀਆਂ ਜਾਂਦੀਆਂ ਪਿੰਡ ਦੇ ਘਰਾਂ ਦੇ ਨੇੜ ਜਾਵੜੀਆਂ ਨਾ ਬੁੜੀਆਂ ਪਿੱਟਦੀਆਂ ਕਹਿੰਦੀ ਕੋਈ 6 ਸਵਾਦ ਅਰਜਨ ਸਾਡਾ ਤਾਂ ਸਾਰਾ ਸਮਾਨ ਲਾ ਕੇ ਲੁੱਟ ਕੇ ਲੈ ਗਿਆ ਉਹਦੇ ਕੁਦਰਤ ਮਹਾਰਾਜ ਇਹੋ ਜਿਹੇ ਮੂਹਰੇ ਅਰਜਨ ਆਏ ਕਹਿੰਦੀ ਹੋ ਗਿਆ ਭਾਈ ਕੀ ਗੱਲ ਹੋ ਗਈ ਕਹਿੰਦੀਆਂ ਭਾਈ ਇੱਥੇ ਅਰਜਨ ਉਰਜਨ ਆ ਕੋਈ ਸਾਨੂੰ ਲੁੱਟ ਲਿਆ ਰਿਹਾ ਸਾਰਾ ਸਮਾਨ ਲੈ ਗਿਆ ਸਾਡਾ ਕਹਿੰਦਾ ਬੀਬੀ ਤੂੰ ਜਾਣਦੀ ਅਰਜਨ ਲੈ ਸਾਡੇ ਮੂਹਰੇ ਤਾਂ ਕਰ ਉਹ ਕਹਿੰਦਾ ਕੋਈ ਨਹੀਂ ਜਦੋਂ ਮੋੜਿਆ ਫਿਰ ਉਹਨੇ ਸਾਰਾ ਸਮਾਨ ਲੈ ਕੇ ਇੱਕ ਥਾਂ ਢੇਰੀ ਕਰਤੀ ਚੱਕੋ ਲੋ ਜਿਹਦੇ ਜਿਹਦੇ ਹੈਗਾ ਭਾਈ ਆਪਦਾ ਲੈ ਅਰਜਨ ਮੈਂ ਆ ਸਾਰਾ ਲੁੱਟਿਆ ਹੋਇਆ ਘਰ ਉਹਨੂੰ ਪੰਜਾਬ ਦੇ ਕੋਲੋਂ ਵੀ ਵਾਪਸ ਕਰਕੇ ਜਿਹੜਾ ਇਹਨਾਂ ਕੋਲ ਹੋਰ ਸਮਾਨ ਸੀ ਨਾਲੇ ਤਾਂ ਕੁੜੀ ਨੂੰ ਸੁਧਾਰੇ ਨੂੰ ਸੁਧਾਰਾ ਦੇ ਕੇ ਨਾਲੇ ਉਹਨਾਂ ਕੋਲ ਹੋਰ ਟੂਮਾਂ ਸੀ ਉਹਨੂੰ ਦੇ ਮਤਲਬ ਪਿੰਡ ਦੀਆਂ ਧੀਆਂ ਦਾ ਤਾਂ ਉਹਦਾ ਪੂਰਾ ਜਿੰਮੇ ਬੜਾ ਜਾਂ ਹਾਂ ਜਾਂ ਕੁੜੀ ਕਤਰੀ ਚਾਹੇ ਉਹ ਜਿਵੇਂ ਬਾਪੂ ਜੀ ਦਾ ਵੀ ਕਹਿੰਦੇ ਦੁਸ਼ਮਣ ਦੀ ਸੀ ਭਾਵੇਂ ਜੀ ਦੁਸ਼ਮਣ ਦੀ ਇੱਕ ਹੋਰ ਸੀ ਕੀ ਗੱਲ ਥੋੜੀ ਛੋਟੀ ਜੀ ਬੰਦੇ ਨੇ ਵਿੱਚੋਂ ਹੀ ਜਾਣੀ ਨਾਲ ਦਾ ਹੀ ਸੀ ਉਹਨੇ ਕੋਈ ਚੁਗਲੀ ਚਗਲੀ ਕਰਤੀ ਉਹਦੀ ਕੁੜੀ ਨੂੰ ਲਿਆਈ ਉਹਨੂੰ ਲਿਆ ਕੇ ਕੋਲੇ ਪਵਾ ਲਿਆ ਦੂਜਾ ਬੰਦਾ ਕਹਿੰਦਾ ਵੀ ਇਹਦੇ ਜੇ ਮੈਲੀ ਅੱਖ ਵੀ ਕੋਈ ਚੱਕ ਰਿਹਾ ਤਾਂ ਗੋਲੀ ਮਾਰਾਂਗੇ ਕਿੰਨੇ ਕੁ ਪਿੰਡਾਂ ਤੱਕ ਜਿਹੜਾ ਪੂਰਾ ਨਾਮ ਸੀ ਦਹਿਸ਼ਤ ਸੀ ਨਾਮ ਤਾਂ ਇਹਦਾ ਜੀ ਦੇਖੋ ਮੈਂ ਆਪਦੇ ਭਰਾ ਨੂੰ ਵਿਆਹੁਣ ਗਿਆ ਮੁਕਤਸਰ ਉੱਥੇ ਸਾਨੂੰ ਪੁੱਛਦੇ ਆ ਉਹ ਵੀ ਕਿਹੜਾ ਪਿੰਡ ਆ ਕਿੱਥੋਂ ਬਰਾਤ ਆਈ ਆ ਅਸੀਂ ਆਖਿਆ ਜੀ ਦੋਧਰੋਂ ਉਹਨਾਂ ਨੇ ਦੋ ਨਾਂ ਲਏ ਅਰਜਨ ਵਾਲੀ ਦੋਧਰ 40 ਕੋ ਤਾਂ ਹੋਊ ਨਾ ਮੁਕਤਸਰ ਹੈ ਠੀਕ ਕਹਿੰਦੇ ਅਰਜਨ ਵਾਲੀ ਦੋਧਰ ਮੈਂ ਕਿਹਾ ਯਾਰ ਵੀ ਤੁਹਾਨੂੰ ਕਿਵੇਂ ਪਤਾ ਕਹਿੰਦੇ ਬਾਈ ਅਸੀਂ ਤਾਂ ਕਹਿੰਦੇ ਅਰਜਨ ਵਾਲੀ ਕਹਿੰਦੇ ਪਿੰਡ ਪੁਲਿਸ ਆਈ ਉਹ ਕੱਛਿਆਂ ਵਾਲੀ ਪੁਲਿਸ ਹੁੰਦੀ ਸੀ ਉਹਨੇ ਕਮੀ ਕਿਹਾ ਉਹ ਕਹਿੰਦਾ ਵੀ ਗਾਲ ਨਾ ਕੱਢ ਵੀ ਫਲਸੀ ਦੇ ਭਾਵੇਂ ਲੈ ਚੱਲ ਪਰ ਮੈਨੂੰ ਗਾਲ ਨਾ ਕੱਢੀ ਉਹਨੇ ਕੋਈ ਗਾਲ ਫੇਰ ਕੱਢੀ ਉਹਨੇ ਚੱਕ ਪਾਇਆ ਇਹ ਤੁਹਾਡੇ ਫਾਦਰ ਸਾਹਿਬ ਦੀ ਹੈ ਫਾਦਰ ਸਾਹਿਬ ਦੀ ਗੱਲ ਉਹਨੇ ਚੱਕਿਆ ਪਾਇਆ ਫੇਰੇ ਜਾ ਤੋ ਮਾਰਿਆ ਆਏ ਥੱਲੇ ਨਾਲੀ ਛੱਡਿਆਂ 'ਚ ਪਾ ਕੇ ਸਮੂਦਾ ਮਾਰਿਆ ਸਮੂਦਾ ਮਾਰਿਆ ਤੇ ਉਹਦੇ ਲੋਕ ਜਿਹੜੇ ਸੀ ਨਾ ਬਾਹਾਂ ਚੜਾਉਣ ਲੱਗ ਗਏ ਜਦੋਂ ਬਾਪੂ ਦੱਸਦੇ ਤੇ ਬਾਹਾਂ ਚੜਾਉਣ ਲੱਗ ਗਿਆ ਲੋਕਾਂ ਦੇ ਕੰਮ ਤਾਂ ਹੋ ਗਿਆ ਇੱਕ ਦੀ ਗੱਲ ਨਹੀਂ ਜਾਣੀ ਇੱਕ ਨਹੀਂ ਪੰਜ ਅਸੀਂ ਦੇਖਿਆ ਪੰਜਾਂ ਦੀ ਜਾਣੀ ਜ਼ਰੂਰੀ ਪੰਜਾਂ ਨੂੰ ਕੋਈ ਇੱਥੇ ਨਾ ਜਵਾਕ ਭੱਜ ਗਏ ਸੀ ਪੰਜ ਹੀ ਤੁਹਾਡੇ ਵੀ ਖੂਨ 'ਚ ਹੈਗਾ ਫਿਰ ਹੁਣ ਪਰਿਵਾਰ ਦੇਖੋ ਅੱਜ ਕੋਠੀਆਂ ਪਾਈ ਬੈਠੇ ਕਰ ਜੇ ਇਸ ਪਾਸੇ ਤੁਰਦਾ ਤਾਂ ਫਿਰ ਮਲੰਗ ਪਾਣੀ ਪੱਲੇ ਰਹਿ ਜਾਣਾ ਉਹ ਕਹਿੰਦੇ ਵੀ ਹੁਣ ਆਪਾਂ ਨੂੰ ਪੁਲਿਸ ਤੰਗ ਕਰੂ ਜੇ ਆਪਾਂ ਬਚ ਵੀ ਗਏ ਨਾ ਤਾਂ ਵੀ ਆਪਾਂ ਨੂੰ ਪੁਲਿਸ ਤੂੰ ਆਕੜੀ ਸੀ ਕਰੂ ਉਹਨੇ ਰੂਪ ਸਿੰਘ ਨੇ ਅਰਜਨ ਦੇ ਮਾਰੀ ਅਰਜਨ ਸਿੰਘ ਨੇ ਉਹ ਰੂਪ
सत श्री अकाल RMB टेलीविजन देख रहे हो तुसी, मैं हाँ जस करेवाल। उम्मीद करदा तुसी सारे ठीक ठाक होवोगे। पिछले दिनों तो एक नाम जिहड़ा वो सोशल मीडिया से बड़ा चर्चित आ, पिछले दिनों तो एक नाम जिहड़ा वो बॉलीवुड की फिल्म के एक गीत दे विच बज रहा है, वह नौ है अर्जन वैली का। शायद जो गीत आया बहुते सोचते होणगे कि इदां ही नौ जिहड़ा हैगा वह पा दिता, पर असल दे विच अर्जन वैली वाकया दे विच होया। तो अज असीं पिंड दौदर दे विच बैठे हाँ। अर्जन वैली का परिवार जिहड़ा आ वह साढ़े नाल आ। वो किस्से सुणांगे, तुसीं हुण तक गीत सुणिया कि गीत दे विच्चों कई ने तस्वीर बना ली होनी आ कि अर्जन वैली किद्दां दा होना आ, अर्जन वैली जिहड़ा किद्दां दा सी अज, पर पूरी कहानी जिहड़ी आ जाणांगे, सारे किस्से जाणांगे किद्दां दा अर्जन वैली होया, किहड़े किहड़े किस्से जिहड़े आ वह अर्जन वैली दे जिहड़े मशहूर होया। पूरे परिवार दे नाल इक वारी मैं तुहाडा जिहड़ी वाकफी करवा देवां। मेरे नाल इधरले पासे बूटा सिंह जी होणगे, उहनां दे नाल उहनां दे भरा बलविंदर सिंह जी होणगे, उन्हां दे नाल बापू दर्शन सिंह जी होणगे, बाई गुरजेपाल है, बाई गुरदीप है, बाई जगसीर है। ये दस देवां कि तीनों जिहड़े ने उन्हां दे पोतियां दी थां ते ने, ते नाल ही पिंड दे विच्चों बाई जगरूप सिंह है। सब तो पहला सभनां दा स्वागत कर लईए, उस तो बाद अगली गल वल वधांगे। तुहाडा सारिआं दा बाई स्वागत आ रहा बेटा, ठीक ठाक हो? हाँ जी, वधिया जी। सब तो पहला आपां बापू जी तो शुरुआत करदे हां। बापू जी, किन्ना क जाणदे हो अर्जन वैली होरां बारे? अर्जन वैली इह देखो जी, खास गल तां इह है कि यह बहुत थोड़ा समा हो गया गल नूं जी, ते जिहड़ा साडा पिता सी जी, उन्हां नाल इन्हां बजुर्गां दे प्यार सी, आपो विच ही घर नालों नाल सी, अर्जन होरां दा। हाँ जी, नालों नाल घर सी। साडे प्यो भी 6 भरा सी, इह भी 6 सी जी। उत्थों मैनूं आपदे प्यो तों मिलियां जिहड़ियां गल्लां जी जी, उह कुछ मेरे याद आ। ते जे आपां कहीए वी मैं देखिआ तां इन्हां तों कोई भी नहीं, पर इकट्ठे ਘਰ ਇਕੱਠਾ ਹੋਣ ਦੇ ਨਾਲ ਥੋੜ੍ਹਾ ਫਰਕ ਸੀ। ਆਪਾਂ ਵੀ ਕੋਲੇ ਕੋਲੇ ਘਰ ਸੀ ਉਹ ਬਾਪੂ ਜੀ ਅਤੇ ਬਾਕੀ ਇਹਨਾਂ ਦਾ ਇੱਕ ਭਰਾ ਜੀਰੋ ਹੋਇਆ, ਉਹਦੇ ਨਾਲ ਮੇਰੇ ਤਾਏ ਦਾ ਚਾਚੇ ਦਾ ਬਹੁਤ ਪ੍ਰੇਮ ਸੀਗਾ, ਉਹ ਸਾਡੇ ਘਰ ਆਮ ਹੀ ਆਇਆ ਕਰਦਾ ਸੀਗਾ। ਗੱਲ ਕੀ ਹੋਈ, ਇੱਕ ਧਰਮਸ਼ਾਲਾ ਦੇ ਵਿੱਚ ਗਾਉਣ ਲੱਗਿਆ ਬਸ। ਅੱਛਾ ਜੀ। ਰੰਗੀ ਵੱਸਦਾ ਸੀ ਘਰ, ਠੀਕ ਹੈ। ਇੱਕ ਗਾਉਣ ਲੱਗਿਆ ਵਾ ਸੀ, ਗਾਉਣ ਦੇ ਵਿੱਚ ਕੀ ਹੋਇਆ, ਆਪੋ ਵਿੱਚੀ ਥੋੜ੍ਹੀ ਬਹੁਤੀ ਤੂੰ ਤੂੰ ਮੈਂ ਹੋ ਗਈ, ਬਹਿਸ ਸ਼ੁਰੂ ਹੋ ਗਈ। ਉਹ ਬਹਿਸ ਦੇ ਵਿੱਚ ਜਿਹੜੇ ਦੂਜੇ ਬੰਦੇ ਸੀ, ਹਾਂਜੀ, ਇਹਨਾਂ ਦੇ ਘਰ ਕੋਈ ਹੈ ਨਹੀਂ ਸੀ। ਉਹਨਾਂ ਨੇ ਸੋਚਿਆ ਵੀ ਆਪਾਂ ਰੋਬ ਦੇ ਆਉਂਦੇ ਹਾਂ ਅਤੇ ਗਾਂ ਨੂੰ ਬੋਲਣਗੇ ਨਹੀਂ। ਉਹ ਕੀ ਹੋਇਆ, ਆਏ ਤਾਂ ਰੋਬ ਦੇਣੀ ਸੀ, 10-12 ਬੰਦੇ ਇਕੱਠੇ ਹੋ ਕੇ, 15-15 ਹੋਣਗੇ ਜਣੀ ਇਕੱਠੇ ਹੋ ਕੇ। ਉਹਨਾਂ 'ਚ ਪਾਰਟੀ ਚੱਲਦੀ ਸੀ, ਆਪਦੀ ਹੈਂਕੜੀ ਚਲਾਉਂਦੇ ਸੀ, ਉਹ ਹੈਂਕੜੀ ਦੇ ਹਿਸਾਬ ਨਾਲ ਆਏ ਅਤੇ ਰੋਬ ਦੇਣ ਸੀ। ਕੁਦਰਤ ਦੀ ਕਿਰਪਾ ਇਹੋ ਜਿਹੀ ਹੋਈ, ਇਹਨਾਂ ਦਾ ਵੱਡਾ ਜਿਹੜਾ ਭਰਾ ਸੀ ਬਚਨ ਸਿੰਘ, ਉਹ ਮਗਰ ਘਰ ਆ ਗਿਆ। ਘਰ ਆ ਗਿਆ ਤਾਂ ਆਪੋ ਵੀ ਜੀ ਤੂੰ ਤੂੰ ਮੈਂ ਹੋਣ ਲੱਗ ਗਈ, ਤੂੰ ਤੂੰ ਮੈਂ ਹੋਈ ਜਦੋਂ, ਅਤੇ ਉਸਨੇ ਕੀ ਹੋਇਆ, ਟਕੂਆ ਚੱਕ ਲਿਆ। ਅੱਛਾ ਜੀ। ਟਕੂਆ ਚੱਕ ਕੇ ਆਪੋ ਵਿੱਚ ਉਹਨਾਂ ਕੋਲ ਵੀ ਥੋੜ੍ਹੀਆਂ ਬੰਦੇ ਸੋਟੀਆਂ ਸੀ, ਚੱਲ ਕੇ ਚੱਲਦੀ ਚੱਲਦੀ ਗੱਲ, ਉਹ ਇਕੱਲੇ ਨੇ ਸਾਰੇ ਬੰਦੇ 10 ਕਿੱਲੇ ਗਹਿਰੇ ਆ। ਬਚਨ ਸਿੰਘ ਨੇ ਇਕੱਲੇ ਬਚਨ ਸਿੰਘ ਨੇ ਉਹ 10 ਕਿੱਲੇ ਗਹਿਰੇ। ਇਹ ਵੱਡੇ ਭਰਾ ਸੀ ਅਰਜਨ ਸਿੰਘ? ਸਭ ਤੋਂ ਵੱਡਾ ਸੀ। ਉਹ ਜਦੋਂ ਇਕੱਲੇ ਨੇ ਗਹਿਰੇ, ਕੀ ਹੋਇਆ, ਉਹਨਾਂ ਵਿੱਚੋਂ ਇੱਕ ਬੰਦਾ ਭਾਣਜਾ ਦੱਸਦੇ ਆ, ਬਾਪੂ 'ਚ ਭਾਣਜਾ ਦੱਸਦਾ ਸੀ, ਉਹ ਫੌਜੀ ਸੀਗਾ, ਉਹਦੇ ਕੋਲ ਪਿਸਟਲ ਸੀ, ਅਤੇ ਉਹ ਜਦੋਂ ਚਲਾਉਣ ਲੱਗਾ ਅਤੇ ਬਚਨ ਸਿੰਘ ਉਹਦੇ ਗੁੱਟ 'ਤੇ ਮਾਰੀ। ਅੱਛਾ ਜੀ। ਉਹ ਥੱਲੇ ਡਿੱਗ ਪਿਆ, ਉਹ ਬਚਨ ਸਿੰਘ ਦੇ ਪੈਰਾਂ ਚੱਕ ਕੇ ਉਹਨੇ ਚੱਕ ਕੇ ਫੇਰ ਪਰੇ ਮਾਰਿਆ, ਚੱਕ ਕਹਿੰਦਾ ਟੁੱਟਿਆ ਸਮਾਨ ਲਈ ਫਿਰਦਾ। ਅੱਛਾ, ਪਿਸਟਲ ਚੱਕ ਕੇ ਪਿੱਛੇ ਮਾਰਿਆ, ਚਲਾ ਕੇ ਉਹਨਾਂ ਨੂੰ ਦੇਤਾ, ਕਹਿੰਦਾ ਚੱਕ ਟੁੱਟਿਆ ਸਮਾਨ ਲਈ ਫਿਰਦਾ। ਉਹ ਪਿੱਛੇ ਹਟ ਗਿਆ ਸਭ ਤੋਂ, ਬਾਪੂ ਕਹਿੰਦਾ ਸਾਰਿਆਂ ਤੋਂ ਮਗਰ ਜਾਬੜਿਆ, ਮਗਰ ਜਾਬੜਿਆ। ਜਦੋਂ ਉਹਨਾਂ ਨੂੰ ਦੱਬੀ ਤੁਰਿਆ ਗਿਆ ਇਕੱਲਾ ਹੀ, ਤੋਂ ਕਹਿਣ ਲੱਗਾ ਉਦੋਂ ਚਲਾਏਗਾ ਜੀ ਸਾਨੂੰ ਇੱਕ ਦਿਨ ਵੜਤਾ ਨੇ। ਅੱਛਾ। ਉਹਨੇ ਫੈਰ ਕਰਤਾ, ਫੈਰ ਕਰਨ ਨਾਲ ਉਹਦੀ ਫੈਰ ਕਸੂਤੇ ਸਾਂ ਲੱਗ ਗਿਆ, ਅਤੇ ਫਿਰ ਉਹ ਫੈਰ ਲੱਗੇ ਅਤੇ ਕੁਛ ਲੜਦਾ ਰਿਹਾ। ਉਸ ਤੋਂ ਬਾਅਦ ਉਹ ਸ਼ਹੀਦੀ ਦੇ ਗਿਆ। ਬਚਨ ਸਿੰਘ ਦੀ ਡੈਥ ਹੁੰਦੀ, ਮੌਤ ਹੁੰਦੀ ਉੱਥੇ। ਬਚਨ ਸਿੰਘ ਦੀ ਸ਼ਹੀਦੀ ਨੇ ਇਹ ਸਾਰਾ ਕਜੀਆ ਤੋਰਿਆ, ਕਿਉਂ ਉਹਨਾਂ ਨੂੰ ਇਉਂ ਸੀ
ਵੀ ਅਸੀਂ ਇਹਨਾਂ ਦਾ ਬੰਦਾ ਮਾਰਤਾ ਅਤੇ ਇਹਨਾਂ ਆਪਣੇ ਬੰਦਿਆਂ ਨੂੰ ਇਉਂ ਸੀ ਵੀ ਅਸੀਂ ਇਹਦਾ ਹੁਣ ਬਦਲਾ ਲੈ ਕੇ ਛੱਡਾਂਗੇ ਕੁਝ ਵੀ ਹੋ ਜਾਵੇ। ਜਿਹੜੀ ਇਹਨਾਂ ਦੀ ਮਾਤਾ ਸੀ ਬਚਨ ਸੋਹਣਾ ਦੀ ਅਤੇ ਪਿਤਾ ਇਹ ਦੋਨੇ ਅਣਖੀ ਬੰਦੇ ਸੀ ਇਹ ਕਹਿਣ ਲੱਗੇ ਵੀ ਇਹ ਹੁਣ ਬਖਸ਼ਣੇ ਨਹੀਂ ਜੀ। ਅਰਜਨ ਵੱਡਾ ਸੀ ਦੂਜੇ ਥੋੜ੍ਹੇ ਛੋਟੇ ਸੀਗੇ। ਅਰਜਨ ਨੇ ਮੁੱਢ ਚੱਕਿਆ ਮੁੱਢ ਚੱਕਦਿਆਂ ਚੱਕਦਿਆਂ ਅਰਜਨ ਨੂੰ ਘਰੋਂ ਭੱਜਣਾ ਪੈ ਗਿਆ। ਅੱਛਾ ਉਦੋਂ ਆਮ ਇਹ ਰਵੀਰਾ ਚੱਲਦਾ ਸੀ ਜੇ ਘਰੋਂ ਬੰਦਾ ਭੱਜ ਜਾਂਦਾ ਸੀ ਤਾਂ ਉਹਦੀ ਪੈਂਠ ਬਣ ਜਾਂਦੀ ਸੀ। ਉਹਨੇ ਆਖਿਆ ਐਂ ਨਹੀਂ ਹੁਣ ਲੋਟ ਆਉਣੀ ਗੱਲ ਵੀ ਆਪਾਂ ਐਂ ਚੱਲਦੇ ਹਾਂ। ਇਹ ਚੱਲਣ ਦੇ ਨਾਲ ਘਰੋਂ ਗੱਲ ਇਹਨਾਂ ਦੀ ਫਿਰ ਵੱਧਦੀ ਗਈ ਵੱਧਦੀ ਗਈ ਹੌਲੀ ਹੌਲੀ। ਉਹ ਬੰਦੇ ਦਾ ਨਾਂ ਸੀ ਜਿਹੜਾ ਮੋਢੀ ਰਲਾ ਸਾਡੇ ਪਿੰਡ ਦਾ ਹੀ ਸੀਗਾ। ਉਹ ਵੀ ਬੰਦਾ ਭੱਜ ਗਿਆ ਘਰੋਂ ਜਦੋਂ ਉਹਨੂੰ ਪਤਾ ਲੱਗ ਗਿਆ ਬੰਦਾ ਹੁਣ ਇਹਨਾਂ ਦਾ ਭੱਜ ਗਿਆ ਬਈ ਮੈਂ ਹੁਣ ਮਾਰਿਆ ਜਾਊਂਗਾ ਉਹ ਵੀ ਘਰੋਂ ਨਿਕਲ ਗਿਆ। ਘਰੋਂ ਭੱਜਿਆ ਜਗਰਾਉਂ ਰਹਿਣ ਲੱਗ ਗਿਆ। ਜਗਰਾਉਂ ਤੋਂ ਕਈ ਵਾਰੀ ਫਿਰ ਉਹਨੇ ਭੇਸ ਧਾਰ ਲਿਆ ਸਾਧ ਬਣ ਗਿਆ। ਸਾਧ ਬਣ ਕੇ ਅਤੇ ਕਿਤੇ ਨਾ ਕਿਤੇ ਪਿੰਡ ਲਾਉਂਦਾ ਸੀ। ਬਾਪੂ ਦੱਸਦਾ ਵੀ ਆਣ ਜਾਲ ਉਹਦਾ ਐਡਾ ਤਕੜਾ ਸੀ ਨਾ ਮੁਕੱਦਰ ਐਡਾ ਤਕੜਾ ਸੀ ਉਹ ਰਲੇ ਦਾ। ਦੋ ਤਿੰਨ ਵਾਰੀ ਅਰਜਨ ਨੂੰ ਮਿਲਿਆ ਵੀ ਨਵੇਠਿਆਂ ਨੂੰ। ਅੱਛਾ ਪਰ ਪਤਾ ਉਦੋਂ ਲੱਗਦਾ ਜਦੋਂ ਲੰਘ ਜਾਂਦਾ ਸੀ ਇੱਕ ਦੂਜੇ ਨੇ ਕਹਿ ਰਲਾ ਤਾਂ ਨਹੀਂ ਯਾਰ ਰਲਾ ਲੱਗਦਾ ਜਾ ਪਰ ਉਹ ਕਾਰਨ ਇਹ ਹੁੰਦਾ ਮੱਕੀਆਂ ਬੀਜੀ ਕਪਾਹਾਂ ਬੀਜੀ ਉਹਦੇ ਨੂੰ ਗਾਂਹ ਦੀ ਗਾਂਹ ਨਿਕਲ ਜਾਂਦਾ ਸੀ। ਇਹਨਾਂ ਦੀਆਂ ਆਪੋ ਵਿੱਚ ਗੱਲ ਵੱਧਦੀ ਗਈ ਚੱਲੀ ਗਈ ਗੱਲ। ਇਹਨਾਂ ਦਾ ਜਿਹੜਾ ਬੈਰ ਇੱਥੋਂ ਚੱਲਿਆ ਇੱਥੋਂ ਸ਼ੁਰੂਆਤ ਹੋਈ ਹੈ ਇੱਥੋਂ ਸ਼ੁਰੂਆਤ ਹੋਈ ਹੈ। ਹੋਰ ਅੱਛਾ ਫਿਰ ਉਦੋਂ ਬਾਅਦ ਕੀ ਫਿਰ ਢੁੱਡੀ ਕੇ ਪਿੰਡ ਇੱਥੋਂ ਭਰਾ ਦਾ ਜੀ ਸਾਡੇ ਪਿੰਡ ਉੱਥੇ ਜੁਗਾ ਤੋਂ ਢੁੱਡੀ ਕੇ ਪਿੰਡ ਤੋਂ ਬਸ ਉਹ ਪਿੰਡ ਦਾ ਸੀ ਨਾ ਮੁੰਡਾ ਉੱਥੋਂ ਦਾ ਸੀ ਉੱਥੋਂ ਉੱਥੋਂ ਫਿਰ ਸ਼ੁਰੂਆਤ ਹੁੰਦੀ ਹੈ। ਫਿਰ ਉਦੋਂ ਬਾਅਦ ਜਿਹੜੇ ਅਰਜਨ ਹੋ ਰਹੀ ਸੀ ਫਿਰ ਉਹ ਚੱਲ ਜਾਂਦੇ ਭਗੌੜੇ ਹੋ ਗਏ ਨਾ ਘਰੋਂ ਨਿਕਲ ਗਏ ਭਗੌੜੇ ਹੋ ਗਏ ਫਿਰ ਉਹ ਘਰੋਂ ਨਿਕਲ ਗਏ ਤਾਂ ਫਿਰ ਇਹ ਵੀ ਹੁਣ ਛੇ ਪਾਈ ਸੀ ਇਹਨਾਂ ਦਾ ਪਿਓ ਕਹਿੰਦਾ ਕੁਛ ਵੀ ਹੋ ਜਾਵੇ ਭਾਵੇਂ ਮੇਰੇ ਸੀਗੇ ਸੀ ਪੰਜੇ ਸ਼ਹੀਦ ਹੋ ਜਾਣ ਇਹ ਬਖਸ਼ਣਾ ਨਹੀਂ। ਗੱਲ ਇੱਥੇ ਆ ਖੜੀ ਗੱਲ ਵਧੀ ਗਈ ਵਧੀ ਗਈ ਉਹ ਨਾ ਹੀ ਲੋਟ ਆਇਆ। ਅੱਛਾ ਜੀ ਉਹ ਕੀ ਹੋਇਆ ਉਹਦੀ ਮੈਂ ਤੁਹਾਨੂੰ ਮੌਤ ਦੱਸਦਾ ਕਿਵੇਂ ਹੋਈ। ਅਰਜਨ ਸ਼ਹੀਦ ਹੋਣ ਤੋਂ ਬਾਅਦ ਕੀ ਹੋਇਆ ਉਹ ਨਾ ਜਿਹੜਾ ਇਹਨਾਂ ਤੋਂ ਛੋਟਾ ਸੀ ਜੰਗੀਰ ਕਹਿੰਦੇ ਸੀ ਜੀਰੋ ਜੀਰੋ ਵੀ ਕਹਿੰਦੇ ਅਤੇ ਉਹ ਸਾਡੇ ਬਾਪੂ ਹੁਣਾਂ ਕੋਲ ਆਉਂਦਾ ਜਾਂਦਾ ਹੁੰਦਾ ਸੀ। ਬਾਪੂ ਨਹੀਂ ਦੱਸਦੇ ਹੁੰਦੇ ਸੀ ਜਦੋਂ ਕਿਤੇ ਮਿਲਣ ਆਉਂਦਾ ਸੀ ਤਾਂ ਫਿਰ ਉਹ ਵਰਦੀ ਦੇ ਵਿੱਚ ਆ ਜਾਂਦਾ ਸੀ ਕਿਤੇ ਕਿਵੇਂ ਅਤੇ ਬਾਪੂ ਦਾ ਪ੍ਰੇਮ ਚਾਚੇ ਮੇਰੇ ਮਾਸੜ ਦਾ ਤਾਏ ਦਾ ਪ੍ਰੇਮ ਬਹੁਤ ਜ਼ਿਆਦਾ ਸੀ ਉਹਦੇ ਨਾਲ ਉਹ ਆਇਆ ਕਰਦਾ ਸੀ ਮਿਲਣ ਅਤੇ ਉਹਨੇ ਫਿਰ ਕਿਹਾ ਵੀ ਹੁਣ ਤੁਸੀਂ ਮੈਨੂੰ ਨਾ ਬੁਲਾਇਆ ਨਾ ਕਰੋ ਮੈਂ ਹੁਣ ਤੁਹਾਡਾ ਪਿਆਰ ਨਹੀਂ ਨਿਭਾ ਸਕਦਾ ਕਿਉਂ ਉਹਦੇ ਮਗਰ ਪੈ ਗਿਆ ਇਹਨਾਂ ਦੀ ਮਤਲਬ ਬੂਟੇ ਹੁਣ ਦਾਦੀ ਨੇ ਕਿਹਾ ਵੀ ਮੈਂ ਬਚਦੀ ਤਾਂ ਜੇ ਰਲਾ ਮਰੇ ਅੱਛਾ ਉਹ ਮਾਰਿਆ ਜਾਵੇ ਦਾਦੀ ਕਹਿ ਰਹੀ ਸੀ ਜਾਂ ਸਾਡੀ ਤੁਹਾਡੇ ਦਾਦੀ ਨੇ ਕਿਹਾ ਬਾਲੀ ਗਰਮ ਸੀ ਗਰਮਤੀ ਦਾ ਪਿਓ ਵੀ ਬਹੁਤ ਸੀ ਪਿਓ ਦੀ ਤੁਹਾਨੂੰ ਦੱਸਦਾ ਗੱਲ ਆਹ ਹਲਟ ਆ ਨਾ ਖੂਹ ਆ ਜਿਹੜਾ ਚੱਲਦਾ ਹਾਂਜੀ ਇਹਦੇ ਨਾਲ ਦੀ ਜਿਹੜਾ ਉਹ ਰਾਹ ਇੱਥੋਂ ਦੀ ਚੱਲਦਾ ਹੁੰਦਾ ਅੱਗੇ ਪਹਿਲਾਂ ਸਿੱਧਾ ਅੱਛਾ ਜੀ ਅਤੇ ਪਿਓ ਨਾ ਉਹ ਹਲਟ ਚੱਲੀ ਜਾਂਦਾ ਬੋਤਾ ਜੋੜਿਆ ਵਾ ਅਤੇ ਉਹਨੂੰ ਤੇਲ ਲਾਈ ਜਾਂਦਾ ਹੈ ਬੂੜੀਆਂ ਨੂੰ ਜਿਹੜੇ ਲੋਹੇ ਦੀਆਂ ਘੁੰਮਦੇ ਹੁੰਦੇ ਉਹ ਤੇਲ ਲਾਉਂਦਿਆਂ ਉਹਦੀਆਂ ਉਂਗਲਾਂ ਵਿੱਚ ਆ ਗਈਆਂ। ਅੱਛਾ ਜੀ ਹੁਣ ਬੁਸ਼ਕਨ ਮਾਰ ਕੇ ਬੋਤਾ ਤੱਕੜਿਆ ਲਿਆ ਖੜ ਗਿਆ ਉਂਗਲਾਂ ਵਿੱਚ ਆ ਗਈਆਂ ਉੱਥੋਂ ਦੀ ਬਾਪੂ ਦੱਸੇ ਦੋ ਬੁੜੀਆਂ 'ਚ ਇੱਕ ਬੰਦਾ ਆਏ ਉਹ ਕਹਿੰਦੇ ਦੇਖੋ ਬੰਦਾ ਵਿਚੜਿਆ ਫਿਰਦਾ ਬੂੜੀਆਂ ਦੇ ਖੜੇ ਦੇਖੀ ਜਾਣ ਨਾ ਤਾਂ ਉਹਨੂੰ ਕੱਢਣ ਜਾਂ ਬੋਤਾ ਛੱਡ ਕੇ ਮਗਰ ਮੋੜ ਦੇਣ ਉਹਨੇ ਗਾਲ ਕੱਢ ਕੇ ਕਹਿ ਰਹੇ ਕਹਿੰਦਾ ਇੱਥੇ ਕਾਸ ਨੂੰ ਕੱਢੇ ਭੈਣ ਹੀ ਜਾਣ ਨੂੰ ਖੜਿਆ ਜਾਂ ਭਾਜੋ ਜਿੰਨੀ ਕਹਿਣਾ ਨਿਕਲ ਜਾਓ ਜਾਣੀ ਇਤਨਾ ਆੜ ਬਤਾ ਇਹਨਾਂ ਦਾ ਪਿਓ ਵੀ ਐਡੀ ਹੋਈ ਚੀਜ਼ ਤੋਂ ਗਾਲਾਂ ਕੱਢਦਾ ਭੈਣ ਚ ਉਹਨੂੰ ਖੜਿਆ ਜਾਂ ਭਾਜੋ ਨਾ ਕੱਢੋ ਮੈਨੂੰ ਇੰਨੀ ਅਡਵਾਈ ਦੱਸੋ ਬੰਦਾ ਫਸੇ 'ਚ ਹੋ ਸਕਦੀ ਹੈ ਚਾਂਗਾ ਮਾਰਦਾ ਬੰਦਾ ਵੀ ਮੇਰਾ ਹੱਥ ਫਸ ਗਿਆ ਇਹ ਦੇਖੀ ਜਾਂਦੇ ਆ ਉਹਨੂੰ ਮਿਹਨਤਨਾ ਵੀ ਕਹਿੰਦਾ ਬੰਦਾ ਯਾਰ ਮਿਹਨਤਨਾ ਕੱਢ ਜਾਓ ਇੰਨਾ ਅੱਤੜ ਇਹਨਾਂ ਦਾ ਦਾਦਾ ਸੀ ਉਹਨੇ ਫਿਰ ਕੀ ਕਿਹਾ ਜਦੋਂ ਰਲੇ ਨੂੰ ਮਾਰਨ ਦੀ ਤਿਆਰੀ ਇਹਨਾਂ ਨੇ ਫੁੱਲ ਕਰ ਲਈ ਦੋਨਾਂ ਧਿਰਾਂ 'ਚ ਸ਼ਾਂਤੀ ਹੋ ਗਈ ਸੀ ਤਾਂ ਆ
ਜਿਹੜਾ ਮੁੱਢੋਂ ਆਪਾਂ ਤੁਰਦੇ ਹਾਂ ਬੋਰਡ ਦੇਖਿਆ ਵੀ ਤੁਸੀਂ, ਹਾਂਜੀ, ਕੁਛ ਬੰਦੇ ਰਲੇ ਨੇ ਇੱਥੇ ਛੱਡੇ, ਕੁਛ ਉਦੋਂ ਪਰੇ ਪਿੰਡ ਪਾਸੇ ਜਾਂਦਾ ਰਾਹ ਵਜਦਾ ਕੋਈ ਉੱਥੇ ਛੱਡੇ, ਜਾਣੀ ਬੰਦੇ ਬਾਹਰੋਂ ਲੈ ਕੇ ਤਿੰਨੀ ਪਾਸੇ ਬੰਦੇ ਛੱਡੇ। ਉਹ ਪਿੰਡ ਆਇਆ ਵਾ ਸੀ ਰਲਾ, ਜਿੰਨਾ ਕੋਈ ਰਹਿੰਦਾ ਸੀ ਉਹ ਨਾਲ ਆਏ ਵੀ ਸੀ ਬੰਦਾ ਅਤੇ ਮਤਲਬ ਜਵਾਕ। ਉਹ ਜਦੋਂ ਰਾਹ 'ਚ ਮਿਲ ਪਏ ਉਹ ਕਹਿੰਦੇ ਵੀ ਜਵਾਕ ਤਾਰ ਦੇ, ਜਵਾਕ ਤਾਰਤਾ ਉਹਨੇ, ਫਿਰ ਉਹ ਮਾਰਿਆ ਗਿਆ। ਇਹਦਾ ਮਗਲਾ ਰਾਹ ਹੈ। ਅੱਛਾ ਜੀ, ਉੱਥੇ ਮਾਰਤਾ। ਇੱਧਰੋਂ ਇੱਕ ਬੰਦਾ ਝੂੜ ਚੱਕ ਜਾਂਦਾ ਹੁੰਦਾ ਸੀ ਰੋਜ਼, ਉਹਨੂੰ ਬਾਹਮਣ ਬਾਹਮਣ ਕਹਿੰਦੇ ਸੀ, ਥੋੜ੍ਹਾ ਹਨੇਰਾ ਸੀ ਅਤੇ ਉਹ ਵੀ ਇੱਧਰੋਂ ਘੋੜੀ 'ਤੇ ਆਉਂਦਾ ਝੂੜ ਚੱਕੋ। ਉਹ ਗਲਤ ਕੰਮ 'ਤੇ ਜਾਂਦਾ ਸੀ, ਚਲੋ ਕਿ ਮਾਮੇ ਮੂਮੀ ਇੰਨਾ ਸੀ ਕੋਈ ਛੱਡੋ ਆਪਾਂ ਇੰਨਾ, ਹੈ ਨਾ, ਗਲਤ ਰਾਹ ਜਾਂਦਾ ਸੀ। ਤਾਂ ਉਹ ਦੇਖ ਲਿਆ ਤੂੰ ਜੋ ਉਹਨੇ ਬੰਦੇ ਮੂੰਹ ਨੇ ਖੜ੍ਹੇ ਦੇਖਿਓ, ਉਹ ਤਾਂ ਜਗੀਰ ਦੇ ਮਾਰੇ ਖੜ੍ਹੇ ਸੀ। ਉਹਨੇ ਘੋੜੀ ਨੂੰ ਬੋਲ ਮਾਰਿਆ, ਕਹਿੰਦਾ ਘੋੜੀਏ ਬੰਦੇ ਗੈਰ ਲੱਗਦੇ ਆ। ਅੱਛਾ, ਉਹਨੇ ਆਖਿਆ ਵੀ ਰਲਾ ਤਾਂ ਨਿਕਲ ਚੱਲਿਆ। ਉਹਨਾਂ ਨੇ ਫਿਰ ਗੋਲੀ ਚਲਾ ਦਿੱਤੀ। ਅੱਛਾ, ਜਿਹੜੇ ਮਤਲਬ ਰਲੇ ਨੂੰ ਮਾਰਨ ਲਈ ਖੜੇ ਸੀ ਉਹਨਾਂ ਨੇ ਗੋਲੀ ਚਲਾ ਦਿੱਤੀ। ਉਹ ਕੋਲੇ ਆ ਗਏ, ਉਹਨੇ ਪਛਾਣ ਲਏ ਵੀ ਤੁਸੀਂ ਜਦ ਹੋਰ ਨਾ ਮਾਰਿਓ, ਬੰਦੇ ਬਾਹਰ ਰਹੇ ਸੀ, ਨਾ ਲੈ ਤਾ ਉਹਨੇ, ਤੁਸੀਂ ਹੋਰ ਨਾ ਮਾਰੋ ਮੈਂ ਬਚ ਜੂੰਗਾ। ਪਰ ਉਹ ਕੀ ਹੋਇਆ, ਉਹ ਕਹਿੰਦੇ ਵੀ ਨਾ ਤਾਂ ਲਈ ਜਾਂਦਾ, ਫਿਰ ਕੱਲ੍ਹ ਨੂੰ ਗਵਾਹੀ ਦੇਊਗਾ। ਚਲੋ ਉਹਦੇ ਪਿੱਛੇ ਉਹ ਵੀ ਮਾਰਿਆ ਗਿਆ, ਦੋ ਮਰੇ ਗਏ। ਉਹ ਜਿਹੜਾ ਰਲਾ ਸੀ, ਰਲਾ ਮਾਰ ਕੇ ਉਹਨੇ ਕਰਜ਼ਾ ਕੇ ਦੱਸਿਆ ਨਗੀਰ ਨੇ, ਮਾਂ ਮੈਂ ਤੇਰਾ ਕਰਜ਼ਾ ਲਾਇਆ। ਉਹ ਕਹਿੰਦੀ ਝੂਠ ਬੋਲਦਾ, ਤੂੰ ਝੂਠ ਬੋਲਦਾ। ਕਹਿੰਦਾ ਨਹੀਂ ਮਾਂ ਸੱਚਾ ਹੈ। ਉਹ ਕਹਿੰਦੀ ਚੰਗਾ ਲਿਆ, ਮੈਨੂੰ ਦਿਖਾ ਸਿਰ ਕਿੱਥੇ ਉਹਦਾ। ਫਿਰ ਉਹਦਾ ਸਿਰ ਵੱਢ ਕੇ ਲਿਜਾ ਕੇ ਘਰੇ ਮਾਂ ਨੂੰ ਦਿਖਾਇਆ ਵੀ ਹੈ, ਇਹ ਐਸਾ ਪਰਿਵਾਰ ਅਣਖੀ ਆ। ਇਹ ਅਰਜਨ ਹੋਰਾਂ ਦੀ ਮੌਤ ਤੋਂ ਬਾਅਦ ਦੀ ਕਹਾਣੀ, ਬਾਅਦ ਦੇ ਵਿੱਚ ਮਾਰਿਆ ਗਿਆ? ਅਰਜਨ ਦੀ ਮੌਤ ਤੋਂ ਬਾਅਦ ਦੀ ਗੱਲ। ਅਰਜਨ ਹੋਣਾ ਚਲੋ ਇਹਨਾਂ ਦੀ ਗੱਲ ਵੀ ਵਿੱਚ ਆ, ਤੁਸੀਂ ਕਹਿੰਦੇ ਬੋਲ ਸਕਦੇ ਤਾਂ ਬੋਲ। ਹਾਂ, ਅਰਜਨ ਸਿੰਘ ਉਹਨਾਂ ਦੀ ਡੈਥ ਹੋ ਗਈ ਸੀ। ਅੱਛਾ, 1 ਸਾਲ 2 ਸਾਲ ਸੀ, ਭੱਜੇ ਭੱਜਦੇ ਇਹ ਬੰਦਾ ਬਚਿਆ ਸੀ। ਇਹ ਬੰਦੇ ਭੱਜੇ ਬਾਕੀ ਤੇ ਮਾਰ ਤੇ ਜਗੀਰ ਸਿੰਘ ਸੀ ਜਿਹੜਾ, ਪਹਿਲਾਂ ਅਰਜਨ ਸਿੰਘ ਦੇ 3 ਬੇਟੀਆਂ ਸੀ, ਫਿਰ ਉਹੀ ਟੱਬਰ ਤਾਈ ਸਾਡੀ ਤਾਏ ਜਗੀਰ ਸਿੰਘ ਦੇ ਧਰਤੀ ਸੀ, ਵਿਆਹ ਹੀ ਨਹੀਂ ਸੀ ਅੱਧ ਚੁਬਾਰੀ ਤੇ। ਉਹਨਾਂ ਦੇ ਫਿਰ ਇੱਕ ਬੇਟਾ ਹੋਇਆ, ਇੱਕ ਬੇਟੀ ਹੋਈ। ਫਿਰ ਉਹਨਾਂ ਨੇ ਇਹ ਕੰਮ ਕੀਤਾ ਪਹਿਲੇ ਵਾਲਾ, ਫਿਰ ਉਹ ਵੀ ਭੱਜ ਗਏ। ਕੀ ਹੋਇਆ, ਇੱਥੇ ਢੁੱਡੀ ਕੈਂਚ ਪਾਰਟੀ ਚੱਲਦੀ ਸੀ ਹਰੀ ਦੀ, ਉਹ ਐਡਾ ਹੰਕਾਰਿਆ ਸੀ ਨਾ, ਉਹ ਹੋਕਾ ਦੇ ਦਿੰਦਾ ਸੀ ਸਪੀਕਰ ਚ ਵੀ ਕੱਲ ਨੂੰ ਹਲ ਨਾ ਕੋਈ ਜੋੜੇ। ਅੱਛਾ ਜੀ, ਐਡਾ ਅਫਰਿਆ ਸੀ ਉਹ। ਅੱਛਾ ਜੀ, ਕੱਲ੍ਹ ਨੂੰ ਕੋਈ ਹਲ ਨਾ ਜੋੜੇ ਅਤੇ ਲੋਕ ਇੰਨੇ ਡਰਦੇ ਸੀ, ਹਲ ਜੋੜਦੇ ਨਹੀਂ ਸੀ। ਉਹਨਾਂ ਦੇ ਬਰਾਬਰ ਸੀ ਅਰਜਨ ਅਤੇ ਇੱਕ ਉੱਥੋਂ ਦਾ ਟੁੱਡੀ ਕਹਿਣਾ ਅਤੇ ਇੱਕ ਬਤਨਾ। ਉਹਨਾਂ ਦੀ ਆਪੋ ਵਿੱਚ ਹੀ ਮਤਲਬ ਇਸੇ ਤੱਕ ਉਹਨਾਂ ਦੀ ਵੀ ਪਾਰਟੀ ਚੱਲਦੀ ਸੀ। ਉਹਨਾਂ ਦੀ ਪਾਰਟੀ ਚੱਲਦੀ, ਜਦੋਂ ਇਹ ਭੱਜਿਆ ਫਿਰਦਾ ਸੀ, ਬਾਪੂ ਕਹਿੰਦਾ ਫਿਰ ਇਹਨਾਂ ਨਾਲ ਸੰਪਰਕ ਹੋ ਗਿਆ। ਇੱਕ ਜ਼ਿੰਮੀਦਾਰ ਦਾ ਮੁੰਡਾ ਇਕੱਲਾ ਸੀ, ਉਹ ਹਰੀ ਨੇ ਮਾਰਤਾ। ਹਰੀ ਨੇ ਮਾਰਤਾ ਅਤੇ ਇਹਨੇ ਆਖਿਆ ਵੀ ਹੁਣ ਆਪਾਂ ਇਹਦਾ ਬਦਲਾ ਲੈਣਾ। ਅਤੇ ਜਿਹੜਾ ਜ਼ਿੰਮੀਦਾਰ ਸੀ ਨਾ, ਕਹਿੰਦਾ ਵੀ ਭੱਲਾ ਮੇਰੇ ਹੱਥ 'ਚ ਹੋਵੇ ਅਤੇ ਮੈਂ ਹਰੀ ਦੇ ਢਿੱਡ 'ਚ ਮਾਰਾਂ। ਇਹ ਹਰੀ ਆਪਣੇ ਜ਼ਿੰਦਗੀ ਨੇ ਨਾਲ ਭੱਜੇ ਫਿਰਦੇ, ਨਾਲ ਫਿਰ ਕੇ ਉਹਨਾਂ ਦੇ ਕਹਿੰਦੇ ਬੱਗ ਛੱਡਦਾ ਸੀ ਅਤੇ ਬੱਗ ਉੱਥੋਂ ਉਹਨੂੰ ਕਹਿੰਦੇ ਵੀ ਤੂੰ ਤੋਰ ਲਾ ਬੱਗ ਨੂੰ, ਅਤੇ ਬੱਗ ਜੋ ਤੁਰਿਆ ਉਹ ਗਾਈਆਂ ਚੱਲੀਆਂ ਅਤੇ ਉਹ ਧੂੜ ਉੱਡੀ। ਉਹ ਐਡਾ ਕੰਜਰ ਸੀ, ਐਡਾ ਗੰਦਾ ਸੀ ਹਰੀ, ਉਹ ਕਿਸੇ ਕੁੜੀ ਨੂੰ ਜਦੋਂ ਸਹੁਰੀ ਤੋਰਦੇ ਤੁਰਨ ਨਹੀਂ ਦਿੰਦਾ ਸੀ। ਉਹ ਕੁੜੀ ਮਿਸਤਰੀਆਂ ਦੀ ਕੁੜੀ ਸੀ, ਦੱਸਦੇ ਆ ਵੀ ਮਿਸਤਰੀਆਂ ਦੀ ਕੁੜੀ ਨੂੰ ਤੁਰਨ ਨਹੀਂ ਸੀ ਦਿੰਦਾ ਵੀ ਮੇਰੇ ਜਾਊਗੀ। ਜਦੋਂ ਉੱਥੇ ਓਹਲਾ ਹੋ ਗਿਆ, ਇਹਨੇ ਬਤਲੇ ਨੇ, ਅਰਜਨ ਨੇ, ਜੰਗੀਰ ਨੇ, ਇਹਨਾਂ ਨੇ ਮੋਢੀ ਹੋ ਕੇ ਕਹਿੰਦੇ ਫਿਰ ਉਹ ਫੜ ਲਿਆ। ਅੱਛਾ ਜੀ, ਫੜ ਕੇ ਕਹਿੰਦੇ ਸੂਏ 'ਤੇ ਲਿਆਏ, ਉੱਥੇ ਲਿਆਏ, ਕਹਿੰਦੇ ਉਹ ਜੱਟ ਨੂੰ ਸੱਦੋ। ਉਹ ਸੱਦਿਆ ਜੀ ਤਾਂ ਪੁੱਤ ਮਾਰਿਆ ਸੀ। ਫਿਰ ਉਹਨੇ ਭੱਜੇ ਫਿਰਦੇ ਨੇ ਵੀ ਕੋਈ ਇਸ ਤਰ੍ਹਾਂ ਪਛਾਣ ਨਹੀਂ ਹਟਿਆ, ਚੰਗੇ ਕੰਮ ਕੀਤੇ। ਉਹਦੇ ਬਾਅਦ ਸਾਨੂੰ ਉਹਦਾ ਕੋਈ ਪਤਾ ਨਹੀਂ ਲੱਗਿਆ ਗਾ ਵੀ ਉਹ ਜਾਂ ਫੌਤ ਹੋ ਗਿਆ, ਸ਼ਹੀਦ ਹੋ ਗਿਆ, ਜਾਂ ਮਤਲਬ ਕਹਿਣ ਦਾ ਭਾਵ ਵੀ ਕਿਤੇ ਸਾਧ ਬਣ ਕੇ, ਮੇਰਾ ਬਾਪੂ ਦਾ ਸਾਧ ਦੱਸਦਾ ਹੁੰਦਾ ਸੀ ਵੀ ਉਹ ਸਾਧ ਬਣ ਗਿਆ ਸੀ, ਇਹ ਮਹਾਰਾਜ ਜਾਣਦਾ ਕਿੱਥੇ ਫਿਰਦਾ। ਹਾਂ, ਜਗੀਰ ਸਿੰਘ ਦੀ ਗੱਲ ਆ ਅਰਜਨ ਤੋਂ ਬਾਅਦ। ਤੁਹਾਨੂੰ ਉਹਨੇ ਸਿਰੇ ਲਾਈ, ਉਹਨਾਂ ਨੇ ਸਿਰੇ ਲਾਈ ਅਰਜਨ ਦੀ ਦੁਸ਼ਮਣੀ।
ਉਹਨੇ ਜੰਗੀਰ ਸੇ ਉਹਨੇ ਸਿਰ ਲਾਈ ਉਹ ਅਰਜਨ ਹੋਰਾਂ ਨੇ ਮਾਰੇ ਸੀ ਜਿਹੜੇ ਕਿੰਨੇ ਮਾਰ ਲਏ ਸੀ ਉਦੋਂ ਫਿਰ ਬਜ਼ੁਰਗ ਦੱਸਦੇ ਉਹਨੇ ਘਰੇ ਘਰੇ ਆਉਂਦੇ ਹੁੰਦੇ ਸੀ ਅਰਜਨ ਦੀ ਕਿ ਜਦੋਂ ਇਹਦੇ ਨਿਆਣੇ ਮਾਰ ਮੈਂ ਬਜ਼ੁਰਗਾਂ ਨੇ ਗੱਲਾਂ ਤਾਂ ਕੀਤੀਆਂ ਉਹਨੇ ਬਜ਼ੁਰਗ ਦਾ ਹਾਂ ਉਹ ਸੁਣਿਆ ਜ਼ਰੂਰ ਹੈਗਾ ਬਜ਼ੁਰਗ ਆਉਂਦੇ ਸੀ ਪਿੰਡ ਆਪਣੇ ਪਰ ਘਰ ਨਾ ਦੇਖ ਤੀਰਗਾਂ ਤੇ ਹੁੰਦਾ ਸੀ ਲਟੈਣਾ ਬੋਲਦੇ ਹੁੰਦੇ ਹਾਂ ਘਰੇ ਆਉਂਦੇ ਘਰ ਦੋ ਤਿੰਨ ਦੀ ਦੇੜਿਆ ਮਾੜੀ ਮੁੱਟੀ ਹੁੰਦੀ ਸੀ ਇੱਕ ਦਾ ਬਰਾਂਡਾ ਉਹ ਦੇੜ ਜਾਂਦੀ ਸੀ ਪੁਲਿਸ ਆ ਪੁਲਿਸ ਲੈ ਜਾਂਦੀ ਸੀ ਟਿਕਟ ਜਾਂਦੀ ਸੀ ਸਮਾਨ ਚੱਕ ਕੇ ਲੈ ਜਾਂਦੀ ਮਾੜਾ ਮੋਟਾ ਗਾਰਾ ਗੂਰਾ ਪਾ ਕੇ ਫੇਰ ਬੈਠਣ ਜੋ ਕਬੜਾ ਲੈਂਦੇ ਅੱਛਾ ਪੁਲਿਸ ਦੇੜ ਜਾਂਦੀ ਪੁਲਿਸ ਦੋ ਤਿੰਨ ਵਾਰੀ ਦੇੜਿਆ ਕੋਈ ਆ ਕੇ ਬੈਠੇ ਨਾ ਹਾਂ ਇਹ ਮਾੜਾ ਪਸ਼ੂ ਖੋਲ ਜਾਂਦੀ ਸੀ ਹਾਂ ਅਰਜਨ ਦਾ ਕਰਕੇ ਚੌਂਕੀ ਬਣੀ ਪਰ ਬਾਪੂ ਦੱਸਦਾ ਸੀ ਚੌਂਕੀ ਭਾਵੇਂ ਸੀਗੀ ਤੇ ਪਰ ਜਦੋਂ ਅਰਜਨ ਹੁਣੀ ਆਉਂਦੇ ਸੀ ਨਾ ਐ ਬੀਹੀ ਤੁਰੇ ਜਾਂਦੇ ਤੇ ਚੌਂਕੀ ਵਾਲੇ ਮਗਰ ਨੀ ਲੱਗਦੇ ਸੀ ਅੱਛਾ ਜੀ ਜਮਾ ਹੀ ਉਹ ਕਹਿੰਦੇ ਸੀ ਆਏ ਮੈਂ ਇੱਥੇ ਦੱਸ ਦਿੰਦੇ ਸੀ ਹਾਂਜੀ ਬਾਪੂ ਕਹਿੰਦਾ ਬੱਕਰੇ ਬਣਾਉਂਦੇ ਤਾਂ ਕੋਈ ਕਰਦੇ ਸੀ ਕੋਈ ਡਰ ਵਾਲੀ ਗੱਲ ਹੀ ਨਹੀਂ ਹੁਣ ਬੱਕਰੇ ਬਣਾਉਣ ਛੋਟੀ ਜਿਹੀ ਖੇਡ ਥੋੜੋ ਆ ਨਹੀਂ ਡਰਦੇ ਸੀ ਚੌਂਕੀ ਨੂੰ ਗੋਲੀਆਂ ਮਾਰਦੇ ਸੀ ਉਹਨਾਂ ਦੇ ਸ਼ਹਿਰਾਂ ਮੈਂ ਕਹਿਣ ਸੀ ਦਿਨ ਬੰਨ ਲਓ ਜਦੋਂ ਮਰਜ਼ੀ ਆ ਜਾਓ ਅੱਛਾ ਜੀ ਜੀ ਪੁਲਿਸ ਨੂੰ ਕਹਿਣ ਸੀ ਵੀ ਦੈਨ ਬੰਨ ਲਓ ਜਦੋਂ ਮਰਜ਼ੀ ਆ ਜਾਓ ਕਿਸੇ ਨੂੰ ਨਜਾਇਜ਼ ਤੰਗ ਨਾ ਕਰਿਓ ਤੁਸੀਂ ਇਉਂ ਕਹੋ ਵੀ ਇੱਧਰ ਨੂੰ ਜੇ ਇੱਧਰ ਨੂੰ ਗਏ ਤਾਂ ਇੱਧਰ ਨੂੰ ਕਹੋਗੇ ਪੁਲਿਸ ਵਾਲੇ ਆਹ ਭੱਜ ਜਾਂਦੇ ਪਾਸੇ ਵੀ ਉਲਟਾ ਦੱਸੋ ਸਾਨੂੰ ਇਹਨਾਂ ਦੱਸੋ ਵੀ ਗਏ ਕਿੱਧਰ ਨਹੀਂ ਨਾ ਸਾਨੂੰ ਦੱਸੋ ਹਾਂ ਤੇ ਬਾਕੀ ਉਹ ਚ ਧਰਮ ਐਡਾ ਸੀ ਹਾਂ ਕਿਹੜਾ ਦੱਸਦੇ ਬਜ਼ੁਰਗ ਕਹਿੰਦੇ ਵੀ ਇੱਥੇ ਸਾਡੇ ਭਾਈ ਵਾਲਾ ਗੁਰਦੁਆਰਾ ਵੱਜਦਾ ਜਗ੍ਹਾ ਕਿਸੇ ਸਾਧੂ ਦੀ ਆ ਅੱਛਾ ਜੀ ਉੱਥੇ ਆਏ ਵੇ ਸੀ ਅਰਜਨ ਹੋਰੀ ਬੈਠੇ ਸੀਗੇ ਚਾਮ ਆਉਂਦੇ ਸੀਗੇ ਹਾਂਜੀ ਸਰੋਵਰ ਬਣਾਇਆ ਉਹਨਾਂ ਨੇ ਅੱਛਾ ਜੀ ਚੰਗੇ ਪੈਸੇ ਲਾ ਕੇ ਥੋੜੀ ਲਾ ਕੇ ਸਰੋਵਰ ਬਣਾਇਆ ਇੱਥੇ ਦੱਸਦੇ ਕਹਿੰਦੇ ਉਹ ਵੀ ਢਿੱਲਾ ਹੋ ਗਿਆ ਇੱਦਾਂ ਦੀ ਗੱਲ ਦੇ ਵਿੱਚ ਗੱਲ ਆ ਘੇਰਾ ਪੈ ਗਿਆ ਤੇ ਉਹ ਕਹਿੰਦੇ ਵੀ ਮਤਲਬ ਅਸੀਂ ਸਾਨੂੰ ਇੱਥੇ ਬਾਬਾ ਕੱਢ ਲਾ ਤੇ ਅਸੀਂ ਤੁਹਾਡੇ ਤੇਰੇ ਸਰੋਵਰ ਬਣਾਵਾਂਗੇ ਦੇਖੋ ਮੰਨੀ ਅੱਛਾ ਉਹਦੀ ਅਰਜ਼ੀ ਮੰਨੀ ਗਈ ਹਾਂ ਤੇ ਪੁਲਿਸ ਗਈ ਆ ਅਸਾਂ ਗੇੜੇ ਦਿੱਤੇ ਸਾਰੇ ਅੰਦਰ ਬਾਹਰ ਦੇਖਿਆ ਅੰਨੀ ਹੋ ਗਈ ਪੁਲਿਸ ਅੱਛਾ ਜੀ ਹਾਂਜੀ ਬਾਕੀ ਉਹ ਐਡਾ ਸੂਰਾ ਬੰਦਾ ਸੀ ਬਾਪੂ ਦੱਸਦੇ ਕਹਿੰਦਾ ਪੁੱਤ ਪੰਜਾਂ ਪਿੰਡਾਂ ਦੇ ਵਿੱਚ ਨਾਲ ਜਵਾਨ ਕੁੜੀਆਂ ਨਾਲ ਪਾ ਕੇ ਅਰਜਨ ਨੂੰ ਬਚਾ ਲੈਂਦੇ ਸੀ ਅੱਛਾ ਜੀ ਵੀ ਪਿੰਡ 'ਚ ਪੁਲਿਸ ਹੋਊਗੀ ਘਰ ਘਰ ਦੀ ਤਲਾਸੀ ਹੋਊਗੀ ਅਤੇ ਵੀ ਇਹ ਸੂਰਮਾ ਬਚਣਾ ਚਾਹੀਦਾ ਹੈ ਕੰਮ ਉਹਦੇ ਐਡੇ ਚੰਗੇ ਸੀ ਦੱਸਦੇ ਇੱਕ ਬੁੜੀਆਂ ਲੈ ਕੇ ਗਈਆਂ ਪੰਜੀਰੀ ਆਹ ਜਿਹੜਾ ਸੂਰ ਭਲਾ ਰਾਹ ਨਾ ਅਤੇ ਉਹਨਾਂ ਨੇ ਪੰਜੀਰੀ ਕਹਿੰਦੇ ਮਾਂ ਨੂੰ ਕੀ ਲੈ ਕੇ ਜਾਣੀ ਸੀ ਬਾਪੂ ਦੱਸੇ ਮਾਂ ਨੂੰ ਕਿਹਾ ਪੈਂਡਾ ਤੀਜਾ ਚੌਥਾ ਪੈਂਡਾ ਤੇ ਉਹ ਰਾਹ ਦੇ ਵਿੱਚ ਤੇ ਹੋਰ ਕਿਸੇ ਮਾਝਵੀ ਸਿੰਘਾਂ ਨੇ ਕਿਸੇ ਨੇ ਹੋਰ ਉਹ ਵਿਚਾਰੀਆਂ ਦੋ ਟੂਮਾਂ ਸੀ ਉਹਨਾਂ ਕੋਲੇ ਤੇ ਕੋਈ ਪੈਸੇ ਪੂਸੇ ਉਹਨਾਂ ਦੇ ਖੋ ਲਏ ਕੋਈ ਬਾਲੀਆਂ ਲਾ ਲਈਆਂ ਤੇ ਉਹਨਾਂ ਨੂੰ ਕਹਿੰਦਾ ਉਹਨੂੰ ਦੱਸ ਦਊ ਮੈਂ ਅਰਜਨ ਕਹਿ ਦਿਓ ਅਰਜਨ ਲਾਈਆਂ ਅੱਛਾ ਉਹ ਕੁਦਰਤੀ ਮਰਜ਼ੀ ਇਹੋ ਜਿਹੀ ਹੋਈ ਗਾਂਹ ਕਿਤੇ ਉਹ ਬੁੜੀਆਂ ਪਿੱਟਦੀਆਂ ਜਾਂਦੀਆਂ ਪਿੰਡ ਦੇ ਘਰਾਂ ਦੇ ਨੇੜ ਜਾਵੜੀਆਂ ਨਾ ਬੁੜੀਆਂ ਪਿੱਟਦੀਆਂ ਕਹਿੰਦੀ ਕੋਈ ਛੇ ਸੁਆ ਦਰਜਨ ਸਾਡਾ ਤਾਂ ਸਾਰਾ ਸਮਾਨ ਲਾ ਕੇ ਲੁੱਟ ਕੇ ਲੈ ਗਿਆ ਅੱਛਾ ਉਹ ਤਾਂ ਕੁਦਰਤ ਮਹਾਰਾਜ ਜੀ ਇਹੋ ਜਿਹੇ ਮੂਹਰੇ ਅੱਡਣ ਆਏ ਕਹਿੰਦੀ ਹੋ ਗਿਆ ਭਾਈ ਉਹਨੂੰ ਕੀ ਗੱਲ ਹੋ ਗਈ ਕਹਿੰਦੀਆਂ ਭਾਈ ਇੱਥੇ ਅਰਜਨ ਉਰਜਣਾ ਕੋਈ ਸਾਨੂੰ ਲੁੱਟ ਲਿਆ ਰਿਹਾ ਸਾਰਾ ਸਮਾਨ ਲੈ ਗਿਆ ਸਾਡਾ ਅੱਛਾ ਕਹਿੰਦਾ ਬੀਬੀ ਤੂੰ ਜਾਣਦੀ ਅਰਜਨ ਲੈ ਸਾਡੇ ਮੂਹਰੇ ਤਾਂ ਕਰ ਉਹ ਕਹਿੰਦਾ ਕੋਈ ਨਹੀਂ ਜਦੋਂ ਮੁੜਿਆ ਫਿਰ ਉਹਨੇ ਸਾਰਾ ਸਮਾਨ ਲੈ ਕੇ ਇੱਕ ਥਾਂ ਢੇਰੀ ਕਰਤੀ ਚੱਕੋ ਲਓ ਜਿਹਦੇ ਜਿਹਦੇ ਹੈਗਾ ਭਾਈ ਆਪਦਾ ਲੈ ਜਾਓ ਅਰਜਨ ਮੈਂ ਹਾਂ ਉਹ ਹੋਰ ਹੀ ਸੀ ਉਹਨਾਂ ਕੋਲੇ ਲੈ ਗਿਆ ਵੀ ਤੁਸੀਂ ਬੰਦਾ ਸਿਆਣੋਗੇ ਵੀ ਜਿਹੜੇ ਨੇ ਕੋਇਆ ਹਾਂ ਅਰਜਨ ਮੈਂ ਹਾਂ ਭਾਈ ਤੇ ਆਪਦਾ ਸਮਾਨ ਸੀ ਕਹਿੰਦੇ ਵੀ ਅਰਜਨ ਤਾਂ ਮੈਂ ਹਾਂ ਸਾਰਾ ਲੋਇਆ ਹਾਂਜੀ ਇੱਥੇ ਤੱਕ ਸਾਡੇ ਪਿੰਡ ਦਾ ਇੱਕ ਮਿਸਤਰੀ ਸੀਗਾ ਉਹਨੂੰ ਭਜਣਾ ਕਹਿੰਦੇ ਸੀ ਕੇਰ ਉਹਨਾਂ ਦਾ ਪਿਓ ਬਾਈ ਅੱਛਾ ਜੀ ਅਤੇ ਉਹ ਬਾਪੂ ਦੱਸੇ ਉਹਨੇ ਆਪ ਵੀ ਮਤਲਬ ਮੇਰੇ ਕੋਲ ਬੈਠਾ ਇੱਟਾਂ ਲਾਉਂਦਾ ਸੀ ਇਹਨੇ ਬੰਨਤੇ ਕੇ ਦੋਨੇ ਕੇ ਉਹ ਕਹਿੰਦਾ ਕੇਰਾ ਕੇ ਐਂ ਹੋਈ ਸਾਡੇ ਵਿਆਹ ਸੀ ਅਤੇ ਸਾਡਾ ਵਿਆਹ ਤਾਂ ਮੇਰੇ ਨਾਲ ਸਾਰੀਆਂ ਲੁੱਟੀਆਂ ਗਈਆਂ ਇੱਥੇ ਟਿੱਬਾ ਡਾਂਗੀਆਂ ਪਿੰਡਾਂ ਨਾਲ ਹੀ ਅੱਛਾ ਜੀ ਡਾਂਗੀਆਂ ਦੇ ਉਰਲੇ ਪਾਸੇ ਕਾਹ ਸੀਗੇ ਇੱਥੇ ਹਾਂਜੀ ਅਤੇ ਉਹਨਾਂ ਨੇ ਆ ਕੇ ਦੱਸਿਆ ਵੀ ਅਰਜਨ ਨੇ ਲੁੱਟ ਲਿਆ ਸਾਨੂੰ ਹੋਰ ਵੀ ਉਹਨਾਂ ਦੇ ਨਾਂ ਤੇ ਲੁੱਟਣ ਵਾਲੇ ਕਹਿਣ ਦਾ ਭਾਵ ਵੀ ਉਦੋਂ ਬਾਬਾ ਪੈਦਾ ਹੋ ਗਏ ਨਾਮ ਤੇ ਲੁੱਟ ਲੈਂਦੇ ਹੋ ਗਏ ਉਹ ਕੁਦਰਤ ਮਹਾਰਾਜ ਜੀ ਅਰਜਨ ਭਜਨ ਕੋਲੇ ਆਉਂਦਾ ਸੀ ਅੱਛਾ ਜੀ ਉਹ ਕਹਿੰਦਾ ਤੇਰੇ ਅੱਜ ਵਿਆਹ ਰੋਟੀ ਭੇਜੀ ਅੱਛਾ ਕਹਿਤਾ ਸੀ ਉਹ ਕਹਿੰਦਾ ਅਰਜਨਾ ਰੋਟੀ ਦਾ ਅੱਗੇ ਵੀ ਤੈਨੂੰ ਉਦੋਂ ਕਹਿੰਦਾ ਭੇਜ ਦੇਣਾ ਪਰ ਮੇਰਾ ਹੀ ਮੇਲ ਲੁੱਟ ਲਿਆ ਤੈਂ ਅੱਛਾ ਕਹਿੰਦਾ ਹੈ
मैं तो मेल मूल नहीं लुटता किसी के, कहता वेख ला पिटी जांदियां बेचारियां, कहता फिर हुण ही जाना मैं। हुण पता सी वी इत्थे लुट खो करदे आ, उन्हां तों समान मड़ा के भजन दे घर भेजिया। इहो जिहा सूरा सी, दुश्मन दी कुड़ी हत्थ आ गई, उहदे ते पहरा लाता रफल वाले दा। अच्छा जी, कहिंदा जिहे जी उहदी धी आ उही है मेरी धी आ। एक बदमाश दा दोहां दा रफल पहरा लाता, वी इहदे ते पहरा रखणा किते सोडे विचों वी कोई मैली अख झाक गया जी, पहला याद रख लो मैं गोली मार देनी आ। आपदे बंदे नूं वी कहता, आपदे बंदे नूं वी कहता, ते आपदे बंदिआं दे पहरा लाया, भावें कुड़ी दुश्मन दी सी। उस 15 दिन कहिंदे पहरा रख्या उत्ते। 15वें दिन किते पिंड आया, साडे पिंड दा नियालबड़ा सी, साडा गुआंढी सी दसदिआ, उहने फिर कहा शर्म कर बंदे वाले कम कर, तूं कुड़ी रखी बैठा। ਉਹ ਕਹਿੰਦਾ ਬਾਪੂ ਆ ਕੇ ਦੇਖ ਲਾ ਮੈਂ ਕੁੜੀ ਰੱਖੀ ਬੈਠਾ, ਆ ਕੇ ਦੇਖ, ਜੇ ਉਹਨੂੰ ਕਿਸੇ ਉਂਗਲ ਵੀ ਕਰਨ ਦਿੱਤੀ ਹੋਵੇ। ਕਹਿੰਦਾ ਨਹੀਂ, ਉਹ ਕੁੜੀ ਨੂੰ ਛੱਡ। ਉਹ ਕਹਿੰਦਾ ਛੱਡ ਗਈ ਆ। ਕਹਿੰਦਾ ਉਹਨੇ ਸਹੁਰੀ ਪਚਾ ਕੇ ਆ। ਕਹਿੰਦੇ ਫਿਰ ਸਾਰੀਆਂ ਟੁੰਮਾਂ ਪਾ ਕੇ ਆਪਦੇ ਕੋਲੋਂ ਅਤੇ ਰਫਲ ਵਾਲਾ ਬੰਦਾ ਨਾਲ ਛੱਡ ਕੇ ਉਹਦੇ ਸਹੁਰੀ ਭੇਜਿਆ। ਇਹੋ ਜਿਹਾ ਸੂਰਾ ਅਰਜਨ ਸੀ। ਦਿੱਖ ਕਿਹੋ ਜਿਹੀ ਦੱਸਦੇ ਆ, ਤੁਹਾਨੂੰ ਦੱਸਦੇ ਹੋਵੋਗੇ ਵੀ ਕਿੱਡਾ ਕੁ ਜਵਾਨ ਸੀ, ਕੋਈ ਦਿੱਖ ਦੁੱਖ ਬਹੁਤ ਸੀ। ਜਵਾਨ ਯਾਰ ਆਮ ਕਹਿੰਦੇ ਵੀ 6 ਫੁੱਟ ਦੇ ਨੇੜੇ ਸੀ। ਊਂ ਪਤਲਾ ਸੀ ਸਰੀਰ ਦਾ, ਬੜਾ ਬਾਪੂ ਜਾਂਦਾ ਹੱਥ ਪਤਲਾ ਸੀ ਥੋੜ੍ਹਾ ਸਰੀਰ ਦਾ, ਅਤੇ ਕਾਠ ਬਹੁਤ ਸੀ। ਗੋਰਾ ਨਸ਼ੋ ਦੇਖਿਆ। ਫੋਟੋਆਂ ਤਾਂ ਮਤਲਬ ਉਦੋਂ ਹੁੰਦੀਆਂ ਨੀ, ਉਹ ਤਾਂ ਫੋਟੋ ਕੋਈ ਹੱਥ ਨਹੀਂ ਆਈ। ਬਾਕੀ ਹੁਣ ਜਿਹੜਾ ਉਦੋਂ ਛੋਟਾ ਸੀਗਾ, ਹਾਂਜੀ ਤਾਰਾ, ਇੱਕ ਵਾਰ ਦੀ ਗੱਲ ਮੈਂ ਅੱਖੀ ਵੇਖੀ ਦੱਸਦਾ। ਇੱਥੇ ਠੇਕੇ 'ਤੇ ਸ਼ਰਾਬ ਪੀ ਜਾਂਦੇ ਅਤੇ ਮੀਂਹ ਪੈ ਕੇ ਹਟਿਆ, ਜਾਂ ਨਾਲੀ ਸੀਗੀ ਨਾਲ ਪੱਟਿਆ, ਮੀਂਹ ਖਾਲੀ ਜੀ ਪੱਟੀਆਂ ਹੁੰਦੀਆਂ, ਹਾਂਜੀ ਹਾਂਜੀ, ਉਹ ਖਾਲੀ ਪੱਟੀ ਸੀ ਅਤੇ ਉਸ 'ਤੇ ਠੰਡਦਾਰ ਆ ਗਿਆ। ਹਾਂਜੀ, ਆਹ ਜਿਹੜਾ ਆਪਣੇ ਰਤਨ ਕੋਲੇ ਸੀ, ਰਤਨ ਅਤੇ ਇਹ ਤਾਂ ਦਲੀਪ, ਤਿੰਨੇ ਸ਼ਰਾਬ ਪੀ ਜਾਂਦੇ, ਮੈਂ ਵੀ ਉੱਥੇ ਸ਼ਰਾਬ ਪੀ ਕੇ ਨਾ, ਅਤੇ ਜਾਣ ਲੱਗਾ ਉਹਦੇ ਨੂੰ ਪੁਲਿਸ ਆ ਗਏ। ਅੱਛਾ ਜੀ, ਪੁਲਿਸ ਇਹਨੂੰ ਗਾਲਾਂ ਕੱਢਣ ਲੱਗ ਗਈ ਹੁੰਦੀ ਕੋਈ। ਅੱਛਾ ਜੀ, ਉਹਨੂੰ ਤਾਰੇ ਨੇ ਕੀ ਕਿਹਾ, ਕਹਿੰਦਾ ਗਾਲ ਨਾ ਕੱਢੀ, ਜਿਹੜੀ ਗੱਲ ਕਰਨ ਵਾਲੀ ਮੂੰਹ ਨਾ ਕਰ। ਉਹਨੇ ਫਿਰ ਕੱਢਤੀ, ਕਹਿੰਦਾ ਅੱਛਾ ਤੇਰੇ 'ਚ ਇੰਨੀ ਆਕੜ ਆ। ਉਹਨੇ ਕਿਤੇ ਗਾਲ ਕੱਢ ਕੇ ਲਫੇੜਾ ਮਾਰਦਾ ਅਤੇ ਉਹਦੇ ਬੈਲਟ ਨੂੰ ਪਾ ਲਿਆ, ਚਲਾ ਕੇ ਨਾਲੀ 'ਚ ਮਾਰਿਆ ਜਿੱਥੇ ਏਡੇ ਨਾਲ ਪਾਣੀ ਸੀ। ਅੱਛਾ ਜੀ, ਪਾਣੀ 'ਚ ਮਾਰਿਆ ਥਾਣੇਦਾਰ ਨੂੰ। ਅਣਖ ਤਾਂ ਇੰਨੀ ਸੀ, ਅਖਵਾਉਂਦਾ ਇੰਨੀ ਸੀ ਕਿਸੇ ਤੋਂ। ਚੌਥੇ ਬੜੇ ਦੀ ਗੱਲ ਸੁਣਾ ਰਹੇ, ਤਾਰੇ ਦੀ ਗੱਲ ਹੈ, ਉਹਨਾਂ ਦੀ ਫੋਟੋ ਵੀ ਹੈਗੀ ਆ। ਫਿਰ ਦੇਖੋ ਮੈਂ ਉੱਧਰੋਂ ਆਉਣਾ ਤੁਹਾਡੇ ਘਰੋਂ ਨਿਕਲ ਕੇ ਉੱਥੋਂ, ਅਤੇ ਤਾਸ ਖੇਡਣ ਆਉਂਦਾ, ਇਹ ਤਾਰੇ ਦੀ ਗੱਲ ਹੈ, ਅਤੇ ਉੱਧਰੋਂ ਢੱਠਾ ਜਾਂਦਾ ਹੈ। ਇੱਕ ਬੰਦਾ ਢੱਠੇ ਦੇ ਰੋੜੇ ਮਾਰਦਾ, ਇੰਨੀ ਅੱਧੀ ਇੱਟ ਉਹਨੇ ਜਦੋਂ ਮਾਰੀ ਅਤੇ ਤਾਰੇ ਦੇ ਇੱਥੇ ਵਿੱਚ ਉਹ ਮੈਂ ਝੱਕਿਆ, ਦੇਖ ਲਿਆ ਉਹਨੂੰ ਗਾਲ ਨਾ ਦੁੱਪੜ ਝਾ ਕੇ। ਉਹ ਕਹਿੰਦਾ ਇਹ ਤਾਂ ਤੇਰੇ ਬਾਦੀ 'ਚ ਮਾਰਦਾ ਤੂੰ, ਮੈਂ ਢੱਠੇ ਦੇ ਸੀਗਾ, ਪੂਰਾ ਗੁੱਸਾ ਨਹੀਂ ਕੀਤਾ ਉਹ ਜਮਾ ਹੀ। ਇਹੋ ਜਿਹਾ ਮਤਲਬ ਇਨਸਾਨੀਅਤ ਸੀ ਇਹਨਾਂ ਵਿੱਚ। ਤਾਂ ਜਦੋਂ ਬਾਗੀ ਹੋਏ ਸੀ ਉਦੋਂ ਫਿਰ ਬਜ਼ੁਰਗ ਗੱਲਾਂ ਗੁੱਲਾਂ ਸੁਣਾਉਂਦੇ ਹੋਣੇ, ਉਦੋਂ ਜਦੋਂ ਘਰ ਦੇ ਵਿੱਚ ਕੀ ਉਦੋਂ ਮਾਹੌਲ ਕਿੱਦਾਂ ਦੀਆਂ ਗੱਲਾਂ ਗੁੱਲਾਂ ਹੁੰਦੀਆਂ ਜਦੋਂ ਬਾਗੀ ਹੋਏ ਸੀ ਉਦੋਂ ਦੀਆਂ, ਕੋਈ ਉੱਦਾਂ ਕਿੱਸਾ ਬਜ਼ੁਰਗਾਂ ਨੇ ਦੱਸਿਆ ਹੋਵੇ ਕੋਈ ਹੋਰ? ਨਹੀਂ ਉਹ ਬਾਹਲਾ ਤਾਂ ਨਹੀਂ, ਸਾਨੂੰ ਪਤਾ ਵੀ ਸਾਥੋਂ ਤੱਕ ਉਹਦੀਆਂ ਗੱਲਾਂ ਅਸੀਂ ਇੰਨਾ ਹੀ ਸੁਣਦੇ ਹੁੰਦੇ ਸੀਗੇ, ਵੀ ਉਹ ਮਤਲਬ ਇਸ ਤਰ੍ਹਾਂ ਉਹ ਪਕੌੜੇ ਹੋ ਗਏ ਉੱਥੇ, ਸਾਰਿਆਂ ਤੁਹਾਨੂੰ ਸੁਣਾਇਆ, ਉਸ ਤੋਂ ਬਾਅਦ ਜਗੀਰ ਸਿੰਘ ਉਹਨਾਂ ਦੀ ਆਏ ਹੋ ਗਈ, ਤੇ ਫਿਰ ਅਰਜਨ ਸਿੰਘ ਨੂੰ ਇੱਕ ਤੋਂ ਗੱਲ ਜੀ ਅਰਜਨ ਸਿੰਘ ਦੇ ਵਿੱਚ ਰਹਿ ਗਈ ਵੀ ਜਿੱਥੇ ਇਹਨਾਂ ਦੀ ਮੌਤ ਹੋਈ ਆ, ਉਹ ਮਤਲਬ ਸੁਣਾਓਗੇ ਤੁਸੀਂ? ਦੱਸ ਦਿੰਦਾ ਕੋਈ, ਤੁਸੀਂ ਸੁਣਾਓ। ਹਾਂ ਉਹ ਹਾਂ ਉਹ ਉਹ ਕਿੱਸਾ ਸੁਣਾ ਕਿਵੇਂ ਹੋਈ ਸੀ ਅਰਜਨ ਜੀ। ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ, ਜਿਹੜੀ ਮੈਂ ਇਹ ਜਿਹੜੀ ਜਿਵੇਂ ਬੀਤੀ ਗੱਲ ਬਾਅਦ ਦੇ ਵਿੱਚ ਵੇਖੀ ਕਹਿਣ ਦਾ ਭਾਵ, ਜਦੋਂ ਉਦੋਂ ਨਾ ਕਿਤੇ ਮੁਸਲਮਾਨ ਦੇ ਜੱਥੇ 'ਚੋਂ ਇੱਕ ਬੁੜੀ ਅਤੇ 2 ਬੱਚੇ, ਹਾਂਜੀ, ਅਤੇ 1 ਵਜੇ ਘਰ ਵਾਲਾ ਉਹ ਰੁਲ ਗਏ। ਅੱਛਾ ਜੀ, ਰੁਲ ਕੇ ਵਿਚਾਰੇ ਰੁਕਦੇ ਲੁਕਾਉਂਦੇ, ਕਹਿੰਦੇ ਸਾਲ ਬਾਅਦ ਦੀ ਗੱਲ ਆ, ਅਤੇ ਉਹ ਨਾ ਉਹ ਜਿੱਥੇ ਰਹਿੰਦੇ ਸੀ ਅਰਜਨ ਦੈੜਾਂ 'ਤੇ, ਅਤੇ ਉੱਥੇ ਆ ਗਏ। ਅੱਛਾ ਜੀ, ਉੱਥੇ ਆ ਗਏ ਅਤੇ ਉਹ ਠੂਰ ਦਾ ਵੀ ਇੰਨਾ ਮੁੰਡਾ ਜਿਵੇਂ ਉਦੋਂ ਭੱਜੇ ਫਿਰਦੇ, ਠੂਰ ਦਾ ਵੀ ਬੰਦਾ ਇੱਕ ਭੱਜਿਆ ਫਿਰਦਾ। ਉਹਨੇ ਦੇਖਿਆ ਵੀ ਇਹ ਅਵਾਰਾ ਫਿਰਦੇ ਆ, ਉਹਨੇ ਕੀ ਕੀਤਾ, ਉਹ ਬੰਦਾ ਵੀ ਮਾਰਤਾ ਵੱਢਤਾ, ਅਤੇ ਉਬੜੀ ਵੀ ਵੱਢਤੀ। ਅੱਛਾ ਜੀ,
ਠੂਰ ਵਾਲੇ ਨੇ ਤੇ ਬੜਤੀ ਤੇ ਕੀ ਹੋਇਆ ਬਾਪੂ ਕਹਿੰਦਾ ਕਿ ਵੀ ਜਦੋਂ ਉਹਨੇ ਬੜਤੀ ਨਾ ਹਟਿਆ ਤੇ ਜਵਾਕ ਸੀ ਡੇਡੇ ਤੋਂ ਇਹਨੂੰ ਕਹਿੰਦਾ ਜਾਓ ਜਵਾਕਾਂ ਨੇ ਮਿੰਨਤਾਂ ਕੀਤੇ ਵੀ ਸਾਨੂੰ ਨਾ ਮਾਰੀ ਪਰ ਨਹੀਂ ਜਦੋਂ ਕਿੱਲਾ ਕੇ ਗਏ ਫਿਰ ਮੋੜ ਲਏ ਜਵਾਕਾਂ ਨੇ ਧੋਤੀ ਖਿੱਚੀ ਬਾਪੂ ਕਹਿੰਦਾ ਨਾ ਮਾਰਿਓ ਨਾ ਮਾਰਿਓ ਨਾ ਪਰ ਉਹਨੇ ਪਾਪੀ ਨੇ ਉਹ ਫਿਰ ਮਾਰਤੇ ਅਰਜਨ ਨੇ ਇਹ ਗੱਲ ਦੇਖੀ ਆ ਅੱਛਾ ਜੀ ਬਾਪੂ ਕਹਿੰਦਾ ਅਰਜਨ ਕਹਿੰਦਾ ਓਏ ਪਾਪੀਆ ਇਹ ਤੇਰੇ ਘਰ ਜੰਮਣਗੇ ਪੂਰਾ ਪਰਾ ਤੈਨੂੰ ਦੁੱਖ ਦੇਣਗੇ ਇਹੀ ਆ ਕੇ ਕੱਲ੍ਹ ਨੂੰ ਬਾਪੂ ਕਹਿੰਦਾ ਉਹ ਗੱਲ ਸੱਚ ਹੋਈ ਅੱਛਾ ਜੀ ਸੱਚ ਕਿਵੇਂ ਹੋਈ ਉਹ ਜਵਾਕ ਜਿਹੜੇ ਸੀ ਦੋਹਾਂ ਨੇ ਉਹਦੇ ਉਸ ਬੰਦੇ ਦੇ ਘਰ ਜਨਮ ਲਿਆ ਜਨਮ ਲਿਆ ਤਾਂ ਕਹਿੰਦੇ ਜਦੋਂ 10-10 ਸਾਲ ਦੇ ਹੋ ਗਏ ਜਿਹੜਾ ਵੱਡਾ ਸੀ ਉਹ ਕਹਿੰਦਾ ਬੇਬੇ ਮੈਂ ਪਰਸੋਂ ਨੂੰ ਮਰ ਜਾਣਾ ਅੱਛਾ ਉਹ ਕਹਿੰਦੀ ਤੈਨੂੰ ਤੂੰ ਕਾਹਤੋਂ ਮਰ ਜਾਣਾ ਕਹਿੰਦਾ ਬਾਪੂ ਨੇ ਮੈਨੂੰ ਮੁੱਲ ਮੋਲੀ ਵੱਢਤਾ ਸੀ ਐਵੇਂ ਅਤੇ ਆਹ ਹੁਣ ਮੈਂ ਤੁਹਾਡੇ ਘਰੋਂ ਦੁੱਖ ਦੇਣਾ ਸੀ ਅਤੇ ਕੁਛ ਦੁੱਖ ਹੋਰ ਦੇਊਂਗਾ ਅਤੇ ਮੈਂ ਪਰਸੋਂ ਨੂੰ ਮਰ ਜਾਣਾ ਛੋਟਾ ਕਹਿੰਦਾ ਬੇਬੇ ਮੈਂ ਤਾਂ ਉੱਥੇ ਮਰ ਜਾਣਾ ਉਹ ਮਾਂ ਨੂੰ ਹੁਣ ਜਿਹੜਾ ਬੜਾ ਦਰਦ ਹੁੰਦਾ ਬਿਲਕੁਲ ਮਾਂ ਕਹਿੰਦੀ ਪੁੱਤ ਕਾਹਤੋਂ ਮਰ ਜਾਣਾ ਤੂੰ ਕਹਿੰਦਾ ਬਾਪੂ ਨੇ ਸਾਨੂੰ ਵੱਢਿਆ ਸੀ ਅੱਛਾ ਉਹ ਭਾਈ ਹੁਣ ਮਾਂ ਦਿਲ ਛੱਡ ਗਈ ਅਤੇ ਉਹਨੂੰ ਫੜੇ 'ਚ ਬਿਠਾ ਉਹਦਾ ਘਰ ਵਾਲਾ ਸੱਦਾ ਕਹਿੰਦਾ ਕੀ ਕਹਿੰਦਾ ਜਵਾਕ ਕਹਿੰਦਾ ਐਵੇਂ ਭੌਂਕਦੇ ਆ ਉਹ ਕਹਿੰਦੇ ਵੀ ਸਾਡਾ ਸਤਿਕਾਰ ਇੱਥੇ ਕਰੀ ਘਰੇ ਨਾਲੇ ਰੋਇਆ ਕਰੇਗਾ ਨਾਲੇ ਤੜਫਿਆ ਕਰੇਗਾ ਇਹ ਮੈਂ ਗੱਲ ਉਹ ਬੰਦੇ ਕੋਲ ਨਾ ਜਦੋਂ ਮੇਜਰ ਸੀ ਆਪਣਾ ਗੁਆਂਢੀ ਅਤੇ ਉਹ ਮਾੜਾ ਮੋਟਾ ਭੂਤਾਂ ਪ੍ਰੇਤਾਂ ਦਾ ਕਰਦੇ ਉਹਦੇ ਨਾਲ ਗਿਆ ਮੈਂ ਕੰਨੀ ਸੁਣੀ ਆ ਅੱਛਾ ਜੀ ਉਹਨਾਂ ਮੁੰਡਿਆਂ ਦੀ ਗੱਲ ਉਹ ਦੁੱਖ ਦਿੰਦੇ ਸੀ ਉਸ ਬੁੜੇ ਨੂੰ ਉਹ ਕਹਿੰਦਾ ਭਾਈ ਦੋ ਬੱਚੇ ਮਰੇ ਪਏ ਆ ਤੂੰ ਇਸ ਤਰ੍ਹਾਂ ਕਰਕੇ ਮਾਰੇ ਪਿਆ ਇਹਨਾਂ ਦਾ ਮਾਂ ਪਿਓ ਵੀ ਮਾਰਿਆ ਵਾ ਮਿੱਝੇ ਨੇ ਦੱਸਿਆ ਜੀ ਨਹੀਂ ਕਹਿੰਦਾ ਉਹ ਮੈਨੂੰ ਬਾਪੂ ਨੇ ਕਿਹੜਾ ਗੱਲ ਸੁਣਾਈ ਸੀ ਮੈਂ ਕਹਿੰਦਾ ਮੈਂ ਅੱਖੀਂ ਵੇਖ ਲਈ ਗੱਲ ਉਹ ਸੱਚੀ ਹੋਈ ਉਹਦੇ ਘਰ ਜੰਮੇ ਜਾ ਕੇ ਉਹ ਸਿੱਧਾ ਸ਼ਰਿਆ ਮੈਂ ਦੱਸਿਆ ਵੀ ਤੂੰ ਸਾਨੂੰ ਮਾਰਿਆ ਸੀ ਤਾਂ ਤੇਰੇ ਘਰ ਜੰਮਣਾ ਪਿਆ ਹੁਣ ਸਾਨੂੰ ਇੱਥੇ ਫੂਕੀ ਅਤੇ ਨਾਲੇ ਸਾਡੇ ਸੇਵਾ ਦੇਖਿਆ ਕਰੇਗਾ ਨਾਲੇ ਰੋਇਆ ਕਰੇਗਾ ਦੇਖੋ ਪਾਪ ਦੇ ਕੰਮ ਜਿਹੜੇ ਉਹ ਇਹ ਅਰਜਨ ਕਿਹਾ ਨਾ ਮਾਰੋ ਉਹ ਤਾਂ ਮਾਰਤੇ ਇਹਨੂੰ ਨਾ ਮਾਰੋ ਬੱਚੇ ਆ ਨਿਆਣੇ ਆ ਤੇਰਾ ਕੀ ਬਗਾੜ ਜਿਹੜੀ ਜਿਹੜੀ ਐਂਡਰ ਦੀ ਗੱਲ ਕਰਦੇ ਆ ਜਦੋਂ ਉਹਨਾਂ ਦੀ ਮੌਤ ਹੁੰਦੀ ਆ ਉਹ ਕੀ ਕਿੱਸਾ ਸੀ ਜਿਵੇਂ ਕਹਿੰਦੇ ਤੁਸੀਂ ਦੱਸੋਗੇ ਕਿੱਸਾ ਉਹ ਦੱਸਿਓ ਜ਼ਰੂਰ ਅਰਜਨ ਉਹਨਾਂ ਦੀ ਮੌਤ ਦਾ ਕਿੱਸਾ ਸੀ ਜਿਹੜਾ ਮੌਤ ਦੱਸ ਕਿਵੇਂ ਹੁੰਦੀ ਆ ਇਹ ਜਿਹੜੀ ਗੌਰਮੈਂਟ ਸੀ ਦੁਖੀ ਹੋ ਗਈ ਵਾਲੀ ਕੋਈ ਕਹਿੰਦਾ ਪਿੰਡ ਦੇ ਬੰਦੇ ਚਲੋ ਅਸੀਂ ਤਾਂ ਕਿਸੇ ਦਾ ਨਾਂ ਨਹੀਂ ਲੈਂਦੇ ਗਏ ਨਾ ਸਾਨੂੰ ਲੈਣ ਦੀ ਲੋੜ ਆ ਹੈ ਨਾ ਇਹ ਬੰਦ ਬੋਤਲ ਕਹਿੰਦੇ ਕੋਈ ਕਹਿੰਦਾ ਚੰਡੀਗੜ੍ਹੋਂ ਆਈ ਕੋਈ ਕਹਿੰਦੇ ਦਿੱਲੀ ਆਈ ਲੋਕਾਂ ਦੀਆਂ ਗੱਲਾਂ ਹੈ ਸ਼ਰਾਬ ਦੀ ਬੋਤਲ ਸ਼ਰਾਬ ਦੀ ਬੋਤਲ ਬੰਦ ਆਈ ਆ ਜਾਣੀ ਕਿ ਖੁੱਲੀ ਬੋਤਲ ਪੀਂਦੇ ਨਹੀਂ ਸੀਗੇ ਤੇ ਖੁੱਲੀ ਬੋਤਲ ਨਹੀਂ ਪੀਂਦੇ ਸੀ ਬੰਦ ਸੀ ਬੰਦ ਚੋਕੇ ਅੱਛਾ ਜੀ ਹਾਂਜੀ ਉਹ ਘੁੱਟ ਘੁੱਟ ਦੋਹਾਂ ਨੇ ਪੀਤੀ ਆ ਬਸ ਚੱਲੀ ਨਹੀਂ ਗਈ ਹੈ ਦੋ ਦੂਜਾ ਕੌਣ ਸੀ ਜੀ ਨਾਲ ਰੂਪ ਸਿੰਘ ਆ ਰੂਪ ਸੀ ਉਹਦੇ ਨਾਲ ਚੰਗੀ ਲਿਆਜ ਸੀ ਪਹਿਲਾਂ ਤੋਂ 5-6 ਮੁੰਡੇ ਸੀ ਤਾਂ ਉਧਰ ਦੇ ਉਹਨਾਂ ਨਾਲ ਇਕੱਠੇ 7-8 ਹੀ ਸਮਝ ਰਹੇ ਸੀਗੇ ਇੱਕ ਜਾਣੇ ਸੀ ਇੱਕ ਬਾਜੀ ਸਿੱਖੋ ਬਾਕੀ ਕੋਤੀਲੀ ਇੱਕ ਇਸ ਤਰ੍ਹਾਂ ਜਣੇ ਕਈ ਜਾਣੇ ਸੀ ਨਾਲ ਫਿਰ ਦੌਦਰ ਦੀ ਜਿਆਦੇ ਹੁੰਦੇ ਸੀ ਜਿਹੜੇ ਨਹੀਂ ਗਾਜੀਆਂ ਨਾਲ ਕੁੰਡਾ ਉਹ ਵੀ ਜੁੜ ਗਈ ਬੰਦੇ ਦਾ ਅੱਛਾ ਕੁੰਡਾ ਤੇ ਇੱਕ ਗਾਜੀਆਂ ਦਾ ਜੀਤ ਆਉਣ ਲੱਗ ਗਏ ਇਹ ਨਾਲ ਇਹਨਾਂ ਦੇ ਪੁਲਿਸ ਮਗਰ ਉਹਨਾਂ ਦੇ ਪੈ ਗਈ ਫਿਰ ਉਹ ਬਾਗੀ ਹੋ ਗਏ ਹੋਗੀ ਸਾਹ ਦਿੱਤਾ ਨਾਲ ਜੋ ਬੰਦਾ ਘਰੋਂ ਭੱਜਦਾ ਹੋਰ ਵੀ ਜੁੜ ਜਾਂਦੇ ਨਾਲ ਇਸ਼ਤਕਾਂ ਨਾਲ ਜੁੜੇ ਹੋਰ ਫਿਰ ਫਿਰ ਜਣੋ ਉਹਨਾਂ ਦੇ ਮਾਰੀ ਗਏ ਆ ਮਤਲਬ ਸਵਰਗਵਾਸ ਹੋਇਆ ਤੇ ਗੋਲੀਆਂ ਪਿੰਡ ਲਿਆ ਕੇ ਘੱਗਰੀਆਂ ਪਾਪਾ ਨੱਚੇ ਬੜਾ ਦੱਸਦੇ ਬਥੇਰਾ ਕੁਛ ਕੀਤਾ ਮਰਿਆ ਪਿਆ ਤੂੰ ਕੀਤਾ ਬਾਅਦ ਵੀ ਅਸੀਂ ਐਡੇ ਬਦਮਾਸ਼ ਮਾਰ ਲਏ ਪਹਿਲਾਂ ਤਾਂ ਇਉਂ ਹੋਈ ਆ ਜੀ ਚੱਲ ਇਹਨਾਂ ਦੀ ਗੱਲ ਵੀ ਵਿੱਚ ਆ ਹਾਂਜੀ ਇਹਨਾਂ ਨੇ ਹੋਰ ਤਰੀਕੇ ਨਾਲ ਸੁਣੀ ਆ ਮੈਂ ਹੋਰ ਤਰੀਕੇ ਨਾਲ ਸੁਣੀ ਕੋਈ ਗੱਲ ਨਹੀਂ ਤੁਸੀਂ ਕਿਹਾ ਵੀ ਚੱਲੀ ਚਲੋ ਜਿਵੇਂ ਬਿਲਕੁਲ ਬਿਲਕੁਲ ਉਹਨਾਂ ਡੱਲੇ ਦੀਆਂ ਦੈੜਾਂ 'ਚ ਕੋਈ ਝਿੜੀ ਕਹਿ ਦਿੰਦਾ ਕੋਈ ਦੈੜਾਂ ਕਹਿ ਦਿੰਦਾ ਉੱਥੇ ਬੈਠੇ ਪੀਂਦੇ ਸੀ ਅੱਛਾ ਜੀ ਅਰਜਨ ਸਿੰਘ ਅਤੇ ਰੂਪ ਸਿੰਘ ਠੀਕ ਹੈ ਜੀ ਪੀਂਦੇ ਸੀ ਅਤੇ ਇਹਨਾਂ ਨਾਲ ਕੋਈ ਸਾਧ ਸੂਧ ਦਾ ਮਤਲਬ ਕੋਈ ਉਹ ਲਿਆ ਲੂ ਕੇ ਦਿੱਤਾ ਸੀ ਕਦੇ ਕੁਦਰ ਬਹਿ ਕੇ ਪੀਂਦੇ ਸੀਗੇ ਉਹਨੇ ਪਹਿਲਾਂ ਤਾਂ ਦਾਰੂ ਹੋਰ ਧਰੀ ਰੱਖੀ ਅੱਛਾ ਜੀ ਉਹਦਾ ਤਾਂ ਸਾਧ ਨੇ ਪਿੱਗ ਹੋਰ ਚੋਂ ਲਾ ਲਿਆ ਅਤੇ ਫਿਰ ਸਾਰੇ ਨੇ ਦੱਸ ਦਿਓ ਉਹਨੇ ਉਸ ਬੰਦੇ ਨੇ ਉੱਥੇ ਪੈਰ ਮਾਰਿਆ ਦਾਰੂ 'ਚ ਉਹ ਦਾਰੂ ਦੀ ਬੋਤਲ ਡੋਲਤੀ ਅਤੇ ਜਿਹੜੀ ਫਿੱਟ ਹੋ ਕੇ ਬੋਤਲ ਆਈ ਸੀ ਉਹ ਬੋਤਲ ਉਹ ਮੂਹਰੇ ਧਰਤੀ ਉਹ ਮੂਹਰੇ ਧਰਤੀ ਅੱਛਾ ਉਹਨਾਂ ਨੇ ਕੀ ਕੀਤਾ ਫਿਰ ਜਦੋਂ ਉਹ ਬੋਤਲ ਖੋਲ੍ਹੀ ਉਹ ਸਾਰਿਆਂ ਦਾ ਨਹੀਂ ਲਾਈ ਉਹ 'ਚੋਂ ਅੱਛਾ ਇਹ ਤਾਇਆ ਰੂਪ ਸਿੰਘ ਚਲੋ ਉਹ ਵੀ ਸਾਡਾ ਤਾਇਆ ਹੀ ਲੱਗਦਾ ਪਿੰਡ 'ਚੋਂ ਸੀ ਤਾਏ ਰੂਪ ਸਿੰਘ ਨੇ ਅਤੇ ਤਾਏ ਅਰਜਨ ਸਿੰਘ ਨੇ ਇਹਨਾਂ ਨੇ ਉਹ 'ਚ ਇੱਕ ਇੱਕ ਪਿੱਗ ਲਾਇਆ ਅਤੇ ਪਿੱਗ ਲਾਉਣ ਸਾਰੀ ਕਹਿੰਦੇ ਵੀ ਆਪਣਾ ਤਾਂ ਕੰਮ ਹੋ ਗਿਆ
ਪਤਾ ਲੱਗ ਗਿਆ ਸੀ ਇਹਨਾਂ ਨੂੰ ਪਤਾ ਲੱਗ ਗਿਆ ਨੂੰ ਵੀ ਬਸ ਹੁਣ ਤਾਂ ਕੰਮ ਹੋ ਗਿਆ ਤੇ ਹੁਣ ਤੇ ਉਹ ਕਹਿੰਦੇ ਕਹਿੰਦੇ ਫਿਰ ਉਹਨਾਂ ਨੇ ਐਂ ਕੀਤਾ ਉਹਨੇ ਉਹਦੇ ਗੋਲੀ ਮਾਰੀ ਆਪਣੀ ਗੋਲੀ ਮਾਰੀ ਉਹ ਕਹਿੰਦੇ ਵੀ ਹੁਣ ਆਪਾਂ ਨੂੰ ਪੁਲਿਸ ਤੰਗ ਕਰੂ ਜੇ ਆਪਾਂ ਬਚ ਵੀ ਗਏ ਨਾ ਤਾਂ ਵੀ ਆਪਾਂ ਨੂੰ ਪੁਲਿਸ ਤੂੰ ਆਕੜੀ ਸੀ ਕਰੂ ਉਹਨੇ ਰੂਪ ਸਿੰਘ ਨੇ ਅਰਜਨ ਦੇ ਮਾਰੀ ਅਰਜਨ ਸਿੰਘ ਨੇ ਉਹਨੂੰ साधन तो पींदे पूंदे होने कोई सुनी है गल जी ओ कोले बैंदे पूंदे सी बोतल बंद ही हुंदी सी खुली बोतल चो कदे पीती ओह तां पींदे नहीं सी ओह तां जमें जे कदे पीणी आ पींदे दारू दसदे जरूर सी ਜੇ ਜਾਣੀ ਪੀ ਵੀ ਲੈਣੀ ਨਹੀਂ ਵੀ ਪੀਣੀ ਜਾਣੀ ਆਪਦੀ ਬੰਦ ਬੋਤਲ ਮੰਗਾ ਕੇ ਦਾਰੂ ਪੀਣੀ ਜੇ ਕੋਈ ਕਹਿੰਦਾ ਵੀ ਆ ਦਾਰੂ ਫੜ ਪੀ ਲੈਣਾ ਜਾਣੀ ਕਿ ਸੀਲ ਬੰਦ ਬੋਤਲ ਜੋ ਸੀਲ ਬੰਦ ਬੋਤਲ ਉਦਾਂ ਹਾਂਜੀ ਪੀਂਦੇ ਨਹੀਂ ਸੀ ਤਾਂ ਮਤਲਬ ਉਹ ਖੀਰ ਦੇ ਵੇਰੇ ਫਿਰ ਜਦੋਂ ਜਿਵੇਂ ਤੁਸੀਂ ਦੱਸਿਆ ਵੀ ਕੋਈ ਵਿੱਚੋਂ ਬੰਦਾ ਹੀ ਖਰੀਦ ਲਿਆ ਵਿੱਚੋਂ ਬੰਦਾ ਖਰੀਦਿਆਗਾ ਬੰਦ ਆ ਗਈ ਤਾਂ ਤੋਂ ਬੰਦਾ ਵਿੱਚੋਂ ਖਰੀਦਿਆ ਨਾ ਜੋ ਆਪ ਢੱਟਣ ਢੱਕਣ ਫਟਿਆ ਪੁਲਿਸ ਨੇ ਕੋਸ਼ਿਸ਼ਾਂ ਤਾਂ ਬਹੁਤ ਕੀਤੀਆਂ ਹੋਣੀਆਂ ਉਹਨਾਂ ਵੇਲੇ ਫੜਨ ਫੜਨ ਦੀਆਂ ਮਤਲਬ ਫਿਰ ਫੜੇ ਨਹੀਂ ਗਏ ਉਹਨੇ ਖੀਰ ਨੂੰ ਫਿਰ ਇਹ ਪੈਂਤਰਾ ਅਪਣਾਇਆ ਹਾਂ ਕੋਸ਼ ਤਾਂ ਬਹੁਤ ਕੀਤੀਆਂ ਦੱਸ ਬਹੁਤ ਕੋਸ਼ ਤਾਂ ਅਖੀਰ ਨੂੰ ਫਿਰ ਪੈਂਤਰਾ ਫਿਰ ਅਖੀਰ ਨੂੰ ਇਹੀ ਜਿਹੜਾ ਇਹ ਅਪਣਾਇਆ ਗਿਆ ਅੱਛਾ ਇੰਨੀ ਪਹਿਲਾਂ ਕੋਈ ਆਇਆ ਸੀ ਪੁੱਛਣ ਅਰਜਨ ਵੈਲੀ ਬਾਰੇ ਵੀ ਕੌਣ ਆ ਕੌਣ ਨਹੀਂ ਅੱਗੇ ਤਾਂ ਇਹ ਹੁਣ ਤਾਂ ਇਹ ਤਾਂ ਚਾਰ ਦਿਨ ਦੀ ਗੱਲ ਚੱਲੀ ਆ ਤਾਂ ਕਿੱਸਾ ਹੋਰ ਮੈਂ ਥੋੜਾ ਸੁਣਿਆ ਸ਼ਾਇਦ ਬਾਪੂ ਜੀ ਜਾਂ ਤੁਸੀਂ ਵੀ ਜਾਣਦੇ ਹੋ ਤਾਂ ਦੱਸ ਦਿਓ ਕਹਿੰਦੇ ਜਦੋਂ ਕੇਰਾ ਕਿਤੇ ਦੌਦਰ ਦੀ ਧੀ ਸੀ ਉਹਦੇ ਘਰ ਹੀ ਕਹਿੰਦੇ ਲੁੱਟਣ ਲਈ ਪੈ ਗਏ ਸੀ ਉਹ ਕਿੱਸਾ ਜ਼ਰੂਰ ਸੁਣਾ ਦਿਓ ਮੈਂ ਉਹ ਥੋੜਾ ਕਿੱਸਾ ਸੁਣਿਆ ਸੀ ਮਾਰਦੇ ਸੀ ਮਤਲਬ ਕੋਠੀਆਂ ਭਰ ਲਗਾ ਜਾਂ ਮਗਰ ਕੋਠੇ ਪਾ ਲੈਣਾ ਇੱਥੇ ਇੱਕ ਦੋ ਬੰਦਿਆਂ ਕੋਲੇ ਚਲੋ ਨਾ ਨਹੀਂ ਅਸੀਂ ਲੈਣਾ ਇੱਥੇ ਸਾਡੇ ਪਿੰਡ ਕਦੋਂ ਘਰ ਕੋਲੇ ਪੈਸੇ ਪੂਸੇ ਵੀ ਰਹਿ ਗਏ ਉਹਨਾਂ ਦੇ ਅੱਛਾ ਸਾਡੇ ਘਰੇ ਘਰੇ ਕਿਸੇ ਦੇ ਪੱਲੇ ਘਰੇ ਨਹੀਂ ਆਣਾ ਹੁਣ ਸਾਡੇ ਤਾਂ ਰੋਟੀ ਇੰਡ ਪੱਕਦੀ ਸੀ ਤਾਂ ਹੁਣ ਪੱਕਣ ਲੱਗੀ ਆ ਅੱਛਾ ਜਿਹੜਾ ਉਹ ਡਾਕਾ ਮਰਦੇ ਘਰੇ ਨਹੀਂ ਕੋਈ ਪੈਸਾ ਆਉਂਦੇ ਸੀ ਪਾਸੇ ਅਸੀਂ ਜਾਂਦਾ ਸੀ ਘਰੇ ਪੈਸਾ ਕੋਈ ਨਹੀਂ ਆਉਂਦਾ ਹਾਂ ਜੀ ਜਮਾ ਹੀ ਨਹੀਂ ਅਸੀਂ ਤਾਂ ਪੁਲਿਸ ਨਹੀਂ ਸੀ ਵੇਖ ਜਾਣ ਨੂੰ ਲੋਕ ਸਾਨੂੰ ਤਾਂ ਅਗ ਲੱਗਦਾ ਸੀ ਇਹਨਾਂ ਕੋਲੇ ਸਾਡੇ ਕੋਲ ਤਾਂ ਬਲਦ ਵੀ ਹੈ ਨਹੀਂ ਸੀ ਪੂਰੇ ਅੱਛਾ ਠੀਕ ਹੈ ਵੀਰੂ ਵੀ ਜਾਣਦੇ ਸੀ ਕੁੜੀ ਵੀ ਜਾਣਦੀ ਸੀ ਇਹਨਾਂ ਨੂੰ ਅਰਜਨ ਬਾਬਾ ਵੀ ਜਾਣਦੇ ਸੀ ਜਾਣਦੇ ਪਾਣੀ ਹੋਣਗੇ ਜਦੋਂ ਪਾਣੀ ਪਰਵਾਣੀ ਹੋਣਗੇ ਤਾਂ ਚਾਪ ਦੀ ਜਗ੍ਹਾ ਤੂੰ ਜਾਏ ਥਾਂ ਹੋਊਏ ਨਹੀਂ ਪੂਰਾ ਕਲੀਅਰ ਅੱਛਾ ਜੀ ਫਿਰ ਉਹ ਕਹਿੰਦੇ ਵੀ ਚਾਚਾ ਆਖਿਆ ਕਹਿੰਦੇ ਕੀ ਆਖਿਆ ਜੇ ਤੁਸੀਂ ਭੁਲਾ ਦੇ ਆਪਣਾ ਘਰ ਆਖਿਆ ਆਪਣਾ ਘਰ ਉਹਨੂੰ ਹੋਰ ਟੁੰਮਾ ਕੋਲੋਂ ਹੋਰ ਦੇ ਕੇ ਆਏ ਅੱਛਾ ਹਾਂ ਸਾਰਾ ਲੁੱਟਿਆ ਹੋਇਆ ਘਰ ਪੰਜਾਬ ਦੇ ਕੋਲੋਂ ਵਾਪਸ ਕਰਕੇ ਜਿਹੜਾ ਇਹਨਾਂ ਕੋਲ ਹੋਰ ਸਮਾਨ ਸੀ ਜਿਵੇਂ ਆਪਾਂ ਲਾਮ ਗਏ ਹੁਣ ਕੁੜੀ ਦੇ ਕਿਸੇ ਭਰਾ ਕਿਸੇ ਕਿਸੇ ਭੈਣ ਆ ਉਹਦੇ ਨਾਲ ਗਏ ਆਪਾਂ ਦਸ ਦਸ ਕੇ ਦਸ ਦਸ ਦਿੰਦੇ ਉਹਦੇ ਸੀ ਹੁਣ ਆਪਾਂ 100-100 ਦਿੰਦੇ ਜ਼ਿਆਦਾ ਵਾਲਾ 500 ਵੀ ਦੇ ਦਿੰਦਾ ਕੋਈ 200 ਦੇਣ ਵਾਲਾ ਨਾਲੇ ਤਾਂ ਕੁੜੀ ਨੂੰ ਸੁਧਾਰੇ ਉਹਨੂੰ ਸੁਧਾਰਾ ਦੇ ਕੇ ਨਾਲੇ ਉਹਨਾਂ ਕੋਲ ਹੋਰ ਟੁੰਮਾ ਸੀ ਉਹਨੂੰ ਦੇ ਕੇ ਮਤਲਬ ਪਿੰਡ ਦੇ ਧੀਆਂ ਦਾ ਤਾਂ ਉਹ ਤਾਂ ਪੂਰਾ ਜਿਵੇਂ ਹਾਂ ਜਾਂ ਕੁੜੀ ਕਤਰੀ ਚਾਹੇ ਉਹ ਜਿਵੇਂ ਬਾਪੂ ਜੀ ਦਾ ਵੀ ਚਾਹੇ ਦੁਸ਼ਮਣ ਸੀ ਭਾਵੇਂ ਜੀ ਦੁਸ਼ਮਣ ਸੀ ਇੱਕ ਹੋਰ ਸੀ ਗੱਲ ਛੋਟੀ ਜੀ ਉਹ ਮੈਨੂੰ ਪਤਾ ਨਹੀਂ ਉਹ ਕੀ ਦੀ ਆ ਕਮੀ ਤਾਂ ਬਾਈ ਹੋਣੀ ਸੁਣਾ ਦੇ ਉਹੀ ਆ ਕੋਈ ਨਾ ਬੰਦੇ ਨੇ ਵਿੱਚੋਂ ਹੀ ਜਾਣੀ ਨਾਲ ਦਾ ਹੀ ਸੀ ਉਹਨੇ ਕੋਈ ਚੁਗਲੀ ਚਗਲੀ ਕਰਤੀ ਅੱਛਾ ਜੀ ਉਹਦੀ ਕੁੜੀ ਨੂੰ ਲਿਆਏ ਅੱਛਾ ਜੀ ਕੁੜੀ ਨੂੰ ਲਿਆ ਕੇ ਤੇ ਆਏ ਜਿਵੇਂ ਦੱਸੀ ਤਾਂ ਬਾਈ ਨੇ ਉਸੇ ਤਰ੍ਹਾਂ ਹੀ ਆ ਪਰ ਖਮੀ ਹੋਰ ਆ ਗੱਲ ਖਮੀ ਉਹੀ ਆ ਉਹਨੂੰ ਲਿਆ ਕੇ ਕੋਲੇ ਬੋਲਾ ਦੂਜਾ ਬੰਦਾ ਕਹਿੰਦੇ ਵੀ ਇਹਦੀ ਜੇ ਮੈਲੀ ਅੱਖ ਵੀ ਕੋਈ ਚੱਕ ਕੇ ਤਾਂ ਗੋਲੀ ਮਾਰਾਂਗੇ ਉਹ ਕੁੜੀ ਨੂੰ ਕਹਿੰਦੇ ਵੀ ਅੰਕਲ ਜੀ ਕੀ ਗੱਲ ਕਹਿੰਦਾ ਵੀ ਤੇਰੇ ਡੈਡੀ ਨੇ ਆਹ ਗੱਲ ਕਹੀ ਆ ਅੱਛਾ ਜੀ ਤੇ ਹੁਣ ਤੂੰ ਆਪਦੇ ਡੈਡੀ ਨੂੰ ਫੋਨ ਕਰ ਵੀ ਫਲਾਣੇ ਤਾਂ ਪਾਏ ਹੋਣੀ ਨਾ ਅੰਕਲ ਉਹਨੇ ਲਈ ਬੈਠੇ ਆ ਤੇ ਆ ਜਾ ਤੂੰ ਆ ਕੇ ਲੈ ਜਾ
ਵਧੀਆ ਅੰਕਲ ਉਹ ਨਹੀਂ ਆਉਣਾ ਉਹਨਾਂ ਦਾ ਡੈਡੀ ਤੇ ਤੁਸੀਂ ਵੀ ਸਾਨੂੰ ਛੱਡ ਕੇ ਆਉਣਾ ਤੂੰ ਪਿਓ ਹੀ ਸਾਡਾ ਤੇ ਆਥਣ ਨੇ ਘਰੋਂ ਡੀਕਿਆ ਵੀ ਆ ਜਾ ਪਰ ਮੈਂ ਨਹੀਂ ਆਉਣਾ ਮੇਰੀ ਭਤੀਜੀ ਆ ਤੂੰ ਆਪ ਹੀ ਛੱਡ ਗਈ ਤੇ ਜੋ ਗੈਂਗ ਛਿਪ ਗਿਆ ਨਾਲੇ ਉਹਨੂੰ ਕੂਮਾ ਟਾਮਾ ਇਸੇ ਕੁੜੀ ਦੀ ਗੱਲ ਆ ਕੂਮਾ ਟਾਮਾ ਪਾ ਕੇ ਉਹਦੇ ਘਰੇ ਉਹਨੂੰ ਛੱਡ ਮੁਕਸਰ ਉੱਥੇ ਸਾਨੂੰ ਪੁੱਛਦੇ ਆ ਉਹ ਵੀ ਕਿਹੜਾ ਪਿੰਡ ਆ ਕਿੱਥੋਂ ਬਰਾਤ ਆਈ ਆ ਅਸੀਂ ਆਖਿਆ ਜੀ ਦੋਧਰੋਂ ਉਹਨਾਂ ਨੇ ਦੋ ਨਾਂ ਲਏ ਅਰਜਨ ਵਾਲੀ ਦੋਧਰ ਜਾਣੀ ਦੋ ਚਾਲੀ 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 ਕੋ ਤਾਂ ਹੋਊ ਨਾ ਮੁਕਤਸਰ ਉੱਥੇ ਉਹਨਾਂ ਨੇ ਇਹ ਗੱਲ ਪੁੱਛੀ ਕਹਿੰਦੇ ਅਰਜਨ ਆਈ ਦੋ ਉਧਰ ਅੱਛਾ ਮੈਂ ਕਿਹਾ ਯਾਰ ਵੀ ਤੁਹਾਨੂੰ ਕਿਵੇਂ ਪਤਾ ਕਹਿੰਦੇ ਬਾਈ ਅਸੀਂ ਤਾਂ ਕਹਿੰਦੇ ਅਰਜਨ ਵਾਲੀਆਂ ਐਡੀ ਦੂਰ ਤਾਈਂ ਕਿਉਂਕਿ ਹੁਣ ਸਾਤੋਂ ਬਾਹਰ ਸੀ ਜਿਹੜੀਆਂ ਸਾਡੇ ਕੋਲ ਨੇੜੇ ਗੱਲਾਂ ਹੋਈਆਂ ਤੁਹਾਨੂੰ ਦੱਸਤੀਆਂ ਬਾਹਰ ਹੁਣ ਖਬਰਾਂ ਹੋ ਕੇ ਤਾਂ ਅਕਸਰ ਵਿਹਲੇ ਤਾਂ ਬੈਠੇ ਨਹੀਂ ਸੀ ਕਿੱਡੇ ਕੁ ਕਾਰਨਾਮੇ ਕੀਤੇ ਹੋਣਗੇ ਅਰਜਨ ਦੌਦਰ ਵੱਜਦਾ ਸੀ ਕਿ ਅਰਜਨ ਬੈਲੀ ਵੱਜਦਾ ਸੀ ਜਾਂ ਅਰਜਨ ਡਾਕੂ ਕਿੱਦਾਂ ਦਾ ਕੀ ਨਾਮ ਸੀ ਕਿ ਅਰਜਨ ਦੌਦਰ ਜੀ ਨਹੀਂ ਕਹਿੰਦੇ ਲੱਗੀ ਜਿਵੇਂ ਕਿਸੇ ਦਾ ਰੱਖ ਗਿਆ ਕੋਈ ਪਤਲੇ ਖਾਣੀ ਬਸ ਹੁਣ ਸਾਨੂੰ ਇਹੋ ਕਹਿੰਦੇ ਇੱਕ ਗੱਲ ਚੱਲਦੀ ਆ ਹਾਂ ਵੀ ਅਰਜਨ ਬੈਲੀ ਕਿ ਅੱਛਾ ਹਾਂ ਤੇ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਹਾਂ ਇਹ ਤਾਂ ਹੁਣ ਅਲੱਗ ਅਲੱਗ ਬੰਦੇ ਦਾ ਬੋਲਣ ਨਾ ਤਾਂ ਕੋਈ ਅਰਜਨ ਡਾਕੂ ਡਾਕੂ ਕਹਿ ਰਿਹਾ ਕੋਈ ਬੈਲੀ ਤਾਂ ਕਹਿੰਦੇ ਕਿੰਨੀ ਉਮਰ ਸੀ ਜਦੋਂ ਡੈਥ ਹੁੰਦੀ ਉਹਨਾਂ ਦੀ ਉਮਰ ਕੋਈ ਸੁਣਿਆ ਕੋਈ ਹੈ ਯਾਦ ਵੀ ਕਿੰਨੀ ਉਮਰ ਸੀ ਜਦੋਂ ਡੈਥ ਹੁੰਦੀ ਆ ਜਦੋਂ ਡੈਥ ਹੋਈ ਆ ਹਾਂਜੀ ਬਈ ਬਾਪੂ ਤਾਂ ਇਹ ਦੱਸਦਾ ਸੀ ਵੀ ਉਹ ਤਕਰੀਬਨ 40-45 ਸਾਲ ਦਾ ਸੀ ਤੇ ਕਿੰਨੀ ਕੁ ਉਮਰ 'ਚ ਨਿਕਲ ਗਏ ਸੀ ਘਰੋਂ ਕਿੰਨੀ ਕੁ ਉਮਰ 'ਚ ਜਦੋਂ ਉਹ 20-22 ਸਾਲ 'ਚ ਨਿਕਲ ਗਿਆ ਅੱਛਾ 20 ਸਾਲ ਤੇ ਉਹ ਕਲੇਸ਼ ਜਿਹੜਾ ਪੈ ਗਿਆ ਸੀ 40 ਦੇ ਵਿੱਚ ਉਹ ਦੱਸਦੇ 10-15 ਸਾਲ ਫਿਰਿਆ ਉਹ 15-20 ਸਾਲ ਫਿਰ ਬਾਹਰ ਹੀ ਫਿਰਿਆ ਕਈ ਕਹਿੰਦੇ 2 ਸਾਲ ਨਹੀਂ ਬਾਪੂ ਤੇ ਕਹਿੰਦੇ ਪਾਪਾ ਅੱਜ ਮੈਨੂੰ ਕੋ 2 ਸਾਲ ਹੀ ਕਹਿੰਦਾ ਸੀ ਨਹੀਂ ਨਹੀਂ ਅੱਛਾ ਹਾਂ 15-20 ਸਾਲ ਦੇ ਨੇੜੇ ਫਿਰਿਆ ਉਹ ਐਡੀ ਦੂਰ ਤੇ 2 ਸਾਲ ਤੇ ਕਿਵੇਂ ਜਾ ਉਹਦੇ ਕਿੱਥੇ ਤੱਕ ਨਾ ਕਿੱਥੇ ਤੱਕ ਵੀ ਉਹਨਾਂ ਦੀਆਂ ਖੇਡਾਂ ਕਿੰਨੀ ਕਿੰਨੀ ਬਾਈ ਤੁਸੀਂ ਦੱਸ ਜਾਨੀ ਕਿ 1942-43 ਚ ਉਹਨਾਂ ਦੀ ਮੌਤ ਹੋ ਗਈ ਸੀ ਹਾਂ ਬਸ ਇੱਥੇ ਗੱਲ ਹਾਂਜੀ ਕੋਈ 42 ਚ ਕਹਿ ਰਿਹਾ ਕੋਈ 43 ਪਾਕਿਸਤਾਨ ਬਣਨ ਤੋਂ ਪਹਿਲਾਂ 2 ਸਾਲ ਹੋ ਗਏ ਹਾਂ ਬਸ 47 ਫਿਰ ਉਦੋਂ ਸੋਨੂੰ ਹੁਣ ਕਿੱਥੇ ਸੋਨੂੰ ਨੂੰ ਕਿੱਥੋਂ ਮਿਲਦੇ ਆ ਹੁਣ ਤਾਂ ਜੀ ਜਿਵੇਂ ਜਾਨੀ ਕਿ ਪਿੰਡ 'ਚ ਜਾਂਦੇ ਆ ਜਿਵੇਂ ਆਪਾਂ ਕਹਿ ਦਿੰਦੇ ਉਹ ਫਲਾਣੇ ਕਿ ਜਾਨੀ ਕਿ ਕਹਿ ਦਿੰਦੇ ਬਈ ਇਹ ਅਰਜਨ ਬੈਲੀ ਦੇ ਪੋਤੇ ਆ ਅੱਛਾ ਹਾਂਜੀ ਆਸੇ ਪਾਸੇ ਪਿੰਡਾਂ 'ਚ ਵੀ ਜਾਈਏ ਹਾਂ ਉੱਥੇ ਵੀ ਕਹਿੰਦੇ ਇਹ ਅਰਜਨ ਬੈਲੀ ਪਿੰਡੋਂ ਆ ਅੱਛਾ ਉੱਥੇ ਫਿਰ ਹਾਂਜੀ ਜਾਨੀ ਕਿ ਕਿਤੇ ਉਹੀ ਗੱਲ ਬਾਈ ਵਾਲੀ ਗੱਲ ਜੇ ਕਿਤੇ ਕਹਿ ਜਾਂਦੇ ਵੀ ਕਿੱਥੋਂ ਆ ਦੌਧਰੋਂ ਅੱਛਾ ਉਹ ਦੌਧਰ ਅੱਛਾ ਉਹ ਤੁਹਾਡੇ ਘਰ ਨੇੜੀ ਆ ਉਹ ਕਈ ਵਾਰੀ ਬੰਦਾ ਕਹਿੰਦਾ ਵੀ ਉਹਨਾਂ 'ਚੋਂ ਹੀ ਆ ਉਹਨਾਂ 'ਚੋਂ ਹੀ ਆ ਉਹਨਾਂ ਦੀ ਦੱਸੀ ਜਾਂਦੀ ਹੈ ਨਾ ਹੁਣ ਵੀ ਫਿਰ ਅਗਲਾ ਦੇਖਦਾ ਉਹ ਡਾਕਟਰ ਜਾਂ ਮਤਲਬ ਯਾਰ ਉਹਦੇ ਅਰਜਨ ਬੈਲੀ ਉਹੀ ਹੀ ਹੋਣਗੇ ਕੂੜ ਕਾਣ ਦਾ ਨਹੀਂ ਉਹਨਾਂ ਅਸਲ ਵਿੱਚ ਪ੍ਰਭਾਵ ਤਾਂ ਹਜੇ ਤਾਈਂ ਵੀ ਚੱਲਦਾ ਜੀ ਜੋ ਨਾਮ ਚੱਲਦਾ ਸੀਗਾ ਪਹਿਲੀਆਂ 'ਚ ਹਾਂ ਤੋਂ ਨਾ ਹੁਣ ਮੂੰਹ ਕਿਤੇ ਦਾ ਵਡਿਆਈ ਹੋ ਜੋ ਅਗਲਾ ਦਾ ਵਡਿਆਈ ਕਰਦਾ ਇੱਕ ਸੁਣ ਦੱਸਦਾ ਜੀ ਗੱਲ ਹਾਂ ਤਾਂ ਇਹਨਾਂ ਦਾ ਸ਼ਾਇਦ ਨਾਂ ਦੱਸ ਦੋਗਾ ਇਹ ਪੈਲੀ ਪਾਉਂਦਾ ਮਦੋਕੇ ਮਦੋਕੇ ਹਾਂਜੀ ਕੌਣ ਕੌਣ ਪਾਉਂਦਾ ਸੀ ਪੈਲੀ ਪੈਲੀ ਉਹ ਮਦੋਕੇ ਨਹੀਂ ਕੋਈ ਆ ਠੀਕ ਹੈ ਠੀਕ ਹੈ ਮਤਲਬ ਮਾਮਲੇ ਦੇ ਮਸਲੇ ਆ ਹਾਂ ਉੱਥੇ ਗੱਲ ਚੱਲੀ ਉਹ ਜਿਹੜਾ ਉਹਦਾ ਭਰਾ ਸੀ ਪੈਲੀ ਛੱਡਦਾ ਨਹੀਂ ਸੀ ਪਹਿਲਾਂ ਰੌਲਾ ਚੱਲਦਾ ਸੀ ਨੱਪਦਾ ਸੀ ਹਾਂ ਚਲੋ ਉੱਥੇ ਗੱਲ ਚੱਲੀ ਕਹਿੰਦੇ ਵੇਖ ਪੈਲੀ ਉਹਨਾਂ ਨੂੰ ਦੇਤੀ ਉਹ ਮੁੜ ਕੇ ਆਇਆ ਉਹ ਨਾਲ ਦੇ ਬੰਦੇ ਨੂੰ ਕਹਿੰਦਾ ਯਾਰ ਮਰਨਾ ਐ ਨਾ ਤੇ ਬਣ ਜਾਂਦਾ ਫਰਕ ਤਾਂ ਪੈਂਦਾ ਗੱਲ ਦਾ ਅੱਛਾ ਕਹਿੰਦਾ ਯਾਰ ਉਹਨਾਂ ਨੇ ਪੈਲੀ ਬਾਹਲੀ ਪੈਸੇ ਪੂਸੇ ਗਿਣਦਾ ਸਰ ਉਹ ਕਰਦਾ ਉੱਥੇ ਆਣ ਕੇ ਤੇ ਹੱਸਣ ਲੱਗ ਗਿਆ ਸਰ ਕੀ ਕੀਤਾ ਜੀ ਉਦੋਂ ਦਾ ਭਰਾਵਾਂ ਦਾ ਰੌਲਾ ਸੀ ਉਹਨੇ ਕਹਿੰਦੇ 20,000 ਇਹਦਾ ਲੈਣਾ 10 ਇਹਦਾ ਲੈਣਾ ਤੇ ਸਾਨੂੰ ਕਹਿੰਦਾ ਉਹਨਾਂ ਨੇ ਕੀ ਕੀਤਾ ਜੀ ਜਿੰਦਾ ਲਾਤਾ ਮਤਲਬ ਜਿੰਦਾ ਲੈ ਕੇ ਹੋਰ ਲਾਤਾ ਬਾਲਾ ਤਾਂ ਬਹਾਨੇ ਨੇ ਵੀ ਕੁੰਜੀ ਬਦਲਣੀ ਆ ਜੇ ਸੜ ਕੇ ਦੋ ਕੁੰਜੀਆਂ ਲਾਓ ਤਿੰਨਾਂ ਵਾਲਾ ਕਰਨਾ ਵੀ ਇਹ ਗਏ ਕਹਿੰਦੇ ਵੀ ਡੈਡੀ ਦੂਜਾ ਉਹਨਾਂ ਦਾ ਜਿੰਦਾ ਲਾਤਾ ਮੈਂ ਜਿੰਦਾ ਲਾਤਾ ਤੁਸੀਂ ਭੰਨ ਦਿਓ ਅੱਛਾ ਕੀ ਗੱਲ ਹੈ ਜਿੰਦਾ ਉਹਨਾਂ ਨੇ ਜਿੰਦਾ ਲਾਤਾ ਆਪਣੀ ਮੋਟਰ ਸਾਂਝੀ ਆ ਉਹਨਾਂ ਦੀ ਸਾਂਝੀ ਮਾਲਕ ਮਾਮਲਾ ਆਪਾਂ ਦੇ ਦਿੱਤਾ ਇਹਨਾਂ ਨੇ ਜਿੰਦਾ ਭੰਨ ਕੇ ਦੇਣੇ 150 ਦਾ ਜਿੰਦਾ ਲੈਂਦਾ ਬੱਦਲੋਂ ਲਾਤਾ ਉਹ ਕਹਿੰਦੇ ਯਾਰ ਤੁਸੀਂ ਜਿੰਦਾ ਬਣਤਾ ਅਸੀਂ ਕਿਹਾ ਤੁਸੀਂ ਜਿੰਦਾ ਲਾਇਆ ਕਦੋਂ ਨਹੀਂ ਯਾਰ ਤਿੰਨਾਂ ਕੁਝ ਗਾਣਾ ਸੀ
शराब च जहर मिला के जीत लाड़ी सी पक्का मैं कुंडा तो नहीं वेख्या जीत दो तीन बारी पैली बार रोटी की गल करिए रोटी पिंडों जान जाती होंगी सी फिर किसी घर चो बखो जिमें कहते भी ब्याह यार थोड़े घरों फड़ा दी है रोटी जिम्मे ना जो बंद प्रेम वाले थे वो जे आते कोई मौत तो हाँ तो रोटी उन्होंने फड़ाया जो बंद ने कोई पचास सत्तर बंद ना होगा हरेक बंद हरेक ना थोड़ा सी जिम्मे हम तुम कद घरों मतलब गुस्से होकर भजी आए हरेक ने तो रोटी नहीं लेनी लोग दस दिंदे सी ना भी रोटी दिंदा कर चुगली तां पहिलां तुहानूं पता ही है जवाक भजन टुडी गल नूं मां ते प्यो कह रहे थी बे जो तुसी उहदा सिर ना वढ के लियांदा ते असी मैं तैनूं मुंडे नहीं समझदा तुम ए गल कही सी बेबे हां आप शब्द भी बोल जांदे सीगे मां प्यो हां तुसी सूरी नूं जम्मया जे बदला ना लिया ले के घर ते उहनां ने ते आ गए इक दी बजाए इक किसे दा ओ नाले भलेखे च लै रोके बे कह लो ते इक ओ पहला लियांदा ओ कहंदे भी ए नहीं है ओ भलेख ते फिर दूजा लै के लिया जदों उहदा पता ओ सी ना बापू गालो गाली होए सी गल बाद दी गई बापू जी तो साडा ना एहो जिहा सी जे किते पिंड च ना किते निचार लगी आ जिवें कि नकल के लगदे ते रात हां जी हां जी लगदी लगदे सी पिंडां दे विच लगदे कोई रौला रूला पै गया उत्थे कृपान थी उहनां दी कृपान उहनां दे ढोल च ऐ मारी कृपान ਵੱਡ ਕੇ ਤੂੰ ਸਹੀ ਕਰਤਾ ਟੋਲ ਉਹ ਟੋਲ ਕੀ ਵੱਡੀ ਆ ਹਾਂ ਚੇਤਾ ਆ ਗਿਆ ਮੈਨੂੰ ਟੋਲ ਕੀ ਵੱਡੀ ਤੁਹਾਡੇ ਵੀ ਖੂਨ ਚ ਹੈਗਾ ਫਿਰ ਹੁਣ
परिवार देखो अज कोठियां पाई बैठे कर जे इस पासे तुरदा तो फिर मलंग पुणे पल्ले रह जाना पर ओदू बाद जिवें पुलिस पहला तंग करदी रही जदों अर्जन बाबे दी डेथ हुंदी ओदू बाद तां मतलब काम मगर पुलिस ने की कहना सीगा कोई गल नहीं ਉਦੋਂ ਪਹਿਲਾਂ ਹੁੰਦਾ ਰਿਹਾ ਉਹ ਪਹਿਲਾਂ ਹੁੰਦਾ ਰਿਹਾ ਲੋਕ ਸਾਥੋਂ ਦਾ ਸਾਡੇ ਵੀਰ ਦਾ 53 ਸਾਲ ਦੀ ਉਮਰ ਹੈ ਇਹਨਾਂ ਦੀ 50 56 ਦੀ ਹੋਊਗੀ ਇਹ ਗੱਲ ਹੈਗੀ ਆ 70 80 ਸਾਲ ਦੀ ਗੱਲ ਜਿਹੜੀ ਮਤਲਬ ਕਰ ਰਹੇ ਆ ਅੱਛਾ ਉਹ ਇੱਕ ਚੀਜ਼ ਹੈ ਜਿਵੇਂ ਹੁਣ ਲੋਕਾਂ ਤੋਂ ਸੁਣਦੇ ਹਾਂ ਆਪਦੇ ਆਪ ਤੇ ਮਾਣਤਾ ਹੁੰਦਾ ਵੀ ਯਾਰ ਅਰਜਨ ਬੈਲੀ ਦੇਖੋ ਜੀ ਮੂੰਹ ਕੀਤੀ ਹੋ ਜਾਂਦੀ ਬੜਾਈ ਤੁਸੀਂ ਵੀ ਗੱਲ ਕਰੋਗੇ ਸਾਥੋਂ ਆਉਂਦਾ ਲੋਕ ਝਿਪਦੇ ਅੱਛਾ ਮੈਂ ਤੁਹਾਨੂੰ ਦੱਸ ਕੇ ਦੱਟਿਆ ਬਸ प्यो जी सुन लगा लगो इथे ना ए पिंड सीगा ਜੋ ਇੱਥੇ ਰਹਿੰਦਾ ਹੁੰਦਾ ਸੀ ਆ ਕੋਹੜੀ ਜਿਹੜੀ ਉੱਥੇ ਸੀ ਉੱਥੇ ਰਹਿੰਦਾ ਹੁੰਦਾ ਸੀਗਾ ਤੇ ਮੇਰੇ ਨਾਲ ਚੰਗਾ ਰੱਖਦਾ ਸੀ ਮੋਹ ਇੱਥੋਂ ਕਿਤੇ ਗੁਆਂਢ ਸੀ ਮਹਿੰਦਰ ਕੇ ਵੱਜਦੇ ਸੀ ਵੀ ਬਨੋਟੀ ਕੇ ਉਹਨਾਂ ਨਾਲ ਕਿਤੇ ਉਹਦਾ ਕੋਈ ਮਾੜਾ ਮੋਟਾ ਤੂੰ ਤੂੰ ਮੈਂ ਹੋ ਗਈ ਇਹਨਾਂ ਦੇ ਫਾਦਰ ਸਾਹਿਬ ਦੀ ਇਹਨਾਂ ਪਿਤਾ ਹਾਂਜੀ ਹਾਂਜੀ ਫਾਦਰ ਸਾਹਿਬ ਤੇ ਫਿਰ ਟਰਾਲੀ ਦੇ ਮਗਰ ਦਿਲ ਵਿੱਚ ਕੰਨਾ ਮਾਰਦਾ ਹੀ ਗਿਆ ਅੱਛਾ ਜੀ ਉਹ ਜੋ ਸਪੀਡ ਦਿੱਤੀ ਉਹਨਾਂ ਨੇ ਹਾਂ ਪਿੰਡ ਜਾਵੜੇ ਫਿਰ ਮੈਂ ਦੱਸਿਆ ਮੇਰੇ ਕੋਲ ਕੋਈ ਨੀ ਘਬਰਾਓ ਨਾ ਤੇ ਫਿਰ ਮੇਰੇ ਕੋਲ ਰਾਤ ਕੱਟ ਕੇ ਸੁਭਾਅ ਉਹ ਮਤਲਬ ਆ ਗਿਆ ਮਤਲਬ ਉਹਦੇ ਵਿੱਚ ਇਹੋ ਜਿਹੀ ਗੱਲ ਨਹੀਂ ਸੀਗੀ ਤੁਸੀਂ ਜੇ ਦੇਖੋਗੇ ਨਾ ਪਤਲਾ ਸਰੀਰ ਪਤਾ ਹੀ ਕੁਛ ਨੀ ਕਨਾਲ ਥਾਂ ਪਿਆ ਸੀ ਪਾਸੇ ਉੱਥੇ ਬਜ਼ੁਰਗਾਂ ਦੀ ਸਮਾਧ ਬਣਾਈ ਸੀ ਸਾਡਾ ਤਾਇਆ ਤਾਰਾ ਸਿੰਘ ਨੇ ਇਹਨਾਂ ਦੇ ਤਾਇਆ ਅੱਗੇ ਉੱਥੇ ਜਦੋਂ ਥਾਂ ਆਪਾਂ ਵੇਚਤਾ ਅਗਲਾ ਕਾਹਨੂੰ ਉਹਦੀ ਕਦਰ ਕਰਦਾ ਥਾਂ ਉਹ ਵੇਚਤਾ ਕਿਸੇ ਨੂੰ ਮਿਸਤਰੀ ਨੂੰ ਕੋਈ ਮਿਸਤਰੀ ਸੇਪੀ ਵਾਲਾ ਦਲੀਪ ਮਿਸਤਰੀ ਉਹਨੂੰ ਵੇਚਦਾ ਉਹ ਨੇੜੇ ਗੰਦ ਗੁੰਦੀਆਂ ਸਿੱਟਣ ਲੱਗ ਗਏ ਅਸੀਂ ਅਜੇ ਉੱਠਦੇ ਸੀ ਜਿਵੇਂ ਨਿੱਕੇ ਨਿੱਕੇ ਬੱਚੇ ਉੱਠਦੇ ਹੁੰਦੇ ਆ ਆਹ ਤਾਂ ਬੜਾ ਵੱਡਾ ਇਦੂ ਵੀ ਮੈਨੂੰ ਸ਼ੱਕਾ ਵੀ ਦਾਲ ਕਦਾਲ ਦੇ ਹੋਵਾਂਗੇ ਅਸੀਂ ਕਹਿੰਦੇ ਵੀ ਆਪਣੀ ਸਮਾਧ ਦਾ ਮਤਲਬ ਤਾਇਆ ਉਹਦੀ ਤਾਏ ਨੂੰ ਲੋਕ ਕਿੱਦਾਂ ਮੰਨਦੇ ਆ ਇਹ ਆਪਣੀ ਰੂੜੀਆਂ 'ਚ ਪਈ ਆ ਉੱਥੋਂ ਜਾ ਕੇ ਲਿਆ ਕੇ ਤੇ ਮੈਂ ਭਰਾਵਾਂ ਨੇ ਸੀ ਇੱਥੇ ਧਰ ਲਈ ਇਹਦੇ ਘਰ ਦੇ ਵਿੱਚ ਸੀ ਉਦੋਂ ਬਾਅਦ ਥਾਂ ਵਿਹਲਾ ਹੀ ਪਿਆ ਫਿਰ ਇਹਨਾਂ ਨੂੰ ਉਹਨਾਂ ਨੇ ਘਰ ਬਗਲ ਕਰਨਾ ਸੀ ਇਹਨਾਂ ਨੂੰ ਜਾ ਕੇ ਬਾਹਰ ਕੱਢ ਦਿੱਤੀ ਜਾਣੀ ਕਿ ਬਾਬਾ ਜੀ ਦੀ ਸਮਾਧ ਬਾਬਾ ਜੀ ਦੀ ਜੱਦੀ ਪੈਲੀ ਦੇ ਵਿੱਚ ਆ ਜੱਦੀ ਹੈ ਜੱਦੀ ਪੈਲੀ ਜੱਦੀ ਪੈਲੀ ਤੁਸੀਂ ਬੈਠੇ ਹੋ ਜਿਹੜਾ ਜੱਦੀ ਜੱਦੀ ਹੈ ਹਾਂ ਬਾਬਾ ਜੀ ਪੈਲੀ ਦਾ ਜਗ੍ਹਾ 'ਚ ਬੈਠੇ ਆਪਾਂ ਪਿਛਲੇ ਸਾਲ ਸਾਡੇ ਬੇਟੇ ਦਾ ਵਿਆਹ ਸੀ ਅਸੀਂ ਜਿਹੜੀ ਹੋਰ ਟੁਕੜੀ ਟਕੜੀ ਲਾ ਕੇ ਜਿੰਨਾ ਵੀ ਕਰਕੇ ਜਾਣੀ ਸਾਨੂੰ ਜੀ ਵਰ ਦਿੰਦੀ ਆ ਬਸ ਵੱਡੀ ਗੱਲ ਕੀ ਬਾਬੇ ਅਰਜਨ ਵਰ ਦਿੰਦੇ ਅਸੀਂ ਜਦੋਂ ਉਹਨੂੰ ਮੱਥਾ ਟੇਕ ਕੇ ਕੋਈ ਪੋਤੇ ਆ ਗਏ ਉਹਨਾਂ ਦੇ ਹਾਂਜੀ ਪੂਰਾ ਹੁੰਦਾ ਜਿਵੇਂ ਪਿੱਛੇ ਜੇ ਗਾਣਾ ਚੱਲਦਾ ਸੁਣ ਕੇ ਪੂਰਾ ਜਾਣੀ ਖੁਸ਼ੀ ਮਿਲਦੀ ਹੈ ਜੀ ਆਪਦੇ ਆਪ ਨੂੰ ਹਾਂਜੀ ਜਿਵੇਂ ਬਾਈ ਦੱਸ ਰਿਹਾ ਸੀ ਬਾਈ ਨੂੰ ਥੋੜਾ ਬਾਈ ਤੁਸੀਂ ਦੱਸ ਰਹੇ ਕਹਿੰਦੇ ਬਾਹਰੋਂ ਵੀ ਫੋਨ ਫਾਨ ਜੇ ਆਏ ਸੀ ਵੀ ਯਾਰ ਤੁਹਾਡਾ ਅਰਜਨ ਵੈਲੀ ਤੁਹਾਡੇ ਬਜ਼ੁਰਗਾਂ ਦੇ ਵਿੱਚ ਸੀ ਉਹ ਕੀ ਸੀ ਹਾਂ ਵੀਰੇ ਦੂਜਾ ਉਹ ਕਹਿੰਦੇ ਸੀ ਵੀ ਬਾਬੇ ਅਰਜਨਾ ਵੀ ਦੋਦਰ ਦਾ ਸੀਗਾ ਸੁਣਿਆ ਮੈਂ ਵੀ ਆਪਣੇ ਸੀਗੇ ਮੈਂ ਕਿਹਾ ਹਾਂ ਵੀ ਉਹ ਕਹਿੰਦੇ ਵੀ ਆਪਾਂ ਗੱਲਬਾਤ ਕਰਾਂਗੇ ਵੀ ਆਪਾਂ ਚੈਨਲਾਂ ਦੇ ਗੱਲ ਕਰਦੇ ਹਾਂ ਮੈਂ ਕਿਹਾ ਵੀ ਕੋਈ ਨਾ ਉਹਨਾਂ ਨੇ 2 ਮਹੀਨੇ ਪਹਿਲਾਂ ਮੇਰੇ ਆਇਆ ਸੀਗਾ ਅਤੇ ਮੈਂ ਕਿਹਾ ਵੀ ਕੋਈ ਨਾ ਆਪਾਂ ਕਿਹਦੇ ਨਾਲ ਵੀ ਕਰ ਲਾਂਗੇ ਗੱਲਬਾਤ ਮੁੜ ਕੇ ਟਾਈਮ ਇੱਧਰ ਕੰਮ ਕੁੰਮ 'ਚ ਲੱਗ ਗਏ ਵਿੱਚ ਰਹਿ ਗਿਆ ਅਤੇ ਹੁਣ ਚੱਲ ਹੋਰ ਵੀ ਆਸੇ ਪਾਸਿਓਂ ਕਿਸੇ ਕਿਸੇ ਸੁਣਦੇ ਹੋ ਫਿਰ ਬਾਈ ਬਾਪੂ ਹੋਰਾਂ ਦੇ ਹੋਰ ਵੀ ਸੁਣਦੇ ਆਸੇ ਪਾਸੇ ਪੂਰੇ ਬਈ ਆਸੇ ਪਾਸਿਓਂ
ਬਾਈ ਨੇ ਤਾਂ ਲੁੱਕ ਵੀ ਉਵੇਂ ਜਿਹੇ ਬਣਾਈ ਹੋਈ ਆ ਕਿ ਨੱਤੇ ਨੁੱਤੀਆਂ ਪਾ ਕੇ ਬਸ ਇਹੀ ਆ ਸਾਡੀ ਬੈਲੀ ਹੈ ਇਹੀ ਆ ਸਾਡੀ ਚੋ ਬੈਲੀ ਇਹ ਸਾਡਾ ਬੈਲੀ ਅਸਲ ਨੂੰ ਵੱਡਾ ਅੱਛਾ ਹਾਂ बाबे अर्जुन गोवाले रोक के रखी दूजा घर वरतदे ਤੇ ਹੁਣ ਫਿਰ ਅਸੀਂ ਸਾਡੀ ਦੋਨਾਂ ਦੀ ਯਾਰੀ ਦੋਸਤੀ ਤੇ ਨਾਲ ਚੜਾਈ ਆਏ ਵੀ ਹੁੰਦੇ ਵੀ ਅਰਜਨ ਵੇਲੇ ਪੋਤੇ ਵਾਲਾ ਇਹ ਰਹਿੰਦਾ ਓਏ ਹਾਂਜੀ ਹਾਂਜੀ ਇਹ ਤਾਂ ਪੂਰੀ ਚੜਾਈ ਹੁੰਦੀ ਹੈ ਜੀ ਫਿਰ ਤਾਂ ਇਹ ਤਾਂ ਪੂਰੇ ਮਨ ਡਰਦੇ ਆ ਸਾਡੇ ਮੁੰਡਿਆਂ ਨਾਲ ਨਾ ਤਿੰਨਾਂ ਨਾਲ ਹੀ ਇਹ ਗੁਰਦਪਾਲਾ ਵੱਡਾ ਇਹਨਾਂ ਦਾ ਮੁੰਡਾ ਤੇ ਉਹ ਮੇਰਾ ਬੇਟਾ ਇਹ ਦੋ ਤੋਂ ਯਾਨੀ ਜੇ ਕੋਈ ਮਤਲਬ ਜਾਣਦਾ ਉਹਨਾਂ ਨੇ ਇਹਨਾਂ ਦਾ ਦੋਸਤ ਆ ਜਾਗਦੇ ਆ ਵੀ ਉਹਨਾਂ ਦੇ ਮੁੰਡੇ ਇਹਨਾਂ ਨੂੰ ਪਤਾ ਸਾਨੂੰ ਇਕੱਠਿਆਂ ਨੂੰ ਦੇਖ ਕੇ ਜਰਦੇ ਨਹੀਂ ਪਏ ਹਾਂ ਤੇ ਜੇ ਕਿਸੇ ਨੂੰ ਪਤਾ ਨਹੀਂ ਅੱਛਾ ਕਿਵੇਂ ਕਿਵੇਂ ਇੱਕ ਮਿੰਟ ਕਿਵੇਂ ਬਾਈ ਕਿਵੇਂ ਜਿਵੇਂ ਅਸੀਂ ਤਿੰਨੇ ਭਰਾ ਇਕੱਠੇ ਜਾਂਦੇ ਆ ਲੋਕ ਜਰਦੇ ਨਹੀਂ ਟਿੱਡਾ ਟਿੱਡਾ ਇਹ ਝਾਕਦੇ ਹੁੰਦੇ ਆ ਅੱਛਾ ਹੁਣ ਹੈਗੇ ਆ ਪਿੰਡ 'ਚ ਕਈ ਲੱਗਦੀ ਵਾਲੇ ਹਾਂ ਉਹ ਦੇਖ ਕੇ ਜਰਦੇ ਨਹੀਂ ਅੱਛਾ ਨੀਵੀਂ ਪਾ ਲੈਂਦੇ ਹਾਂ ਹਾਂ ਅੱਛਾ ਬੜਾ ਦਾ ਕੀ ਕਹਿਣਾ ਉਹਨਾਂ ਬਾਰੇ ਨਾ ਯਾਰ ਨਾ ਅੱਛਾ ਰੋਕ ਮਾਨ ਹੋਇਆ ਜਦੋਂ ਆਹ ਗੀਤ ਗੂਤ ਆ ਹੁਣ ਤੱਕ ਕਿਉਂਕਿ ਚਰਚੇ ਮਤਲਬ ਵਿਦੇਸ਼ਾਂ ਤੱਕ ਹੋ ਗਏ ਹੁਣ ਅੱਜ ਬਾਲੀਵੁੱਡ ਦੇ ਵਿੱਚ ਨਾਮ ਹਾਂਜੀ ਅਰਜਨ ਮਿਲ ਗਿਆ ਪਤਾ ਸੀ ਤੁਹਾਨੂੰ ਪਹਿਲਾਂ ਵੀ ਫਿਲਮ ਦੇ ਵਿੱਚ ਗੀਤ ਗੂਤ ਆ ਰਿਹਾ ਹਾਂਜੀ ਉਹ ਤਾਂ ਬਹੁਤ ਚਿਰ ਦਾ ਸੁਣਦੇ ਨੇ ਅਰਜਨ ਦਾ ਉਹ ਤਾਂ ਬੈਲੀ ਨੇ ਪੈਰ ਜੋੜ ਕੇ ਗਰਾਸੀ ਮਾਰੀ ਹਾਂ ਨਹੀਂ ਨਹੀਂ ਉਹ ਤਾਂ ਬਹੁਤ ਟਾਈਮ ਦਾ ਹੁਣ ਫਿਲਮ 'ਚ ਆਇਆ ਗਾ ਦੁਬਾਰਾ ਇਹ ਸੁਣਿਆ ਨਹੀਂ ਸਾਨੂੰ ਮੈਨੂੰ ਕਹਿੰਦਾ ਵੀ ਯਾਰ ਵੀ ਉਹ ਤਾਇਆ ਜੀ ਬਾਰੇ ਕੋਈ ਪਤਾ ਤੁਹਾਨੂੰ ਮੈਂ ਕਿਹਾ ਵੀ ਲੋਕਾਂ ਤੋਂ ਗੱਲਾਂ ਬਾਤਾਂ ਤਾਂ ਸੁਣਦੇ ਆ ਪਰ ਏਡਾ ਮੈਂ ਜੇ ਕਹਿੰਦਾ ਮੈਨੂੰ ਕੋਈ ਨੌਲੇਜ ਨਹੀਂ ਫਿਰ ਮੈਂ ਇਹਨਾਂ ਨੂੰ ਪੁੱਛਿਆ ਇਹਨਾਂ ਨੇ ਦੋ ਬੰਦੇ ਹੋਰ ਲਏ ਅੱਜ ਸੱਦੇ ਸੀ ਤੇ ਇਹ ਕਹਿੰਦੇ ਵੀ ਕੁਛ ਨਾ ਕੁਛ ਇਦੋਂ ਪਹਿਲਾਂ ਬਾਹਲਾ ਨੌਲੇਜ ਮਿਲਣਾ ਸੀ ਇਦੋਂ ਵੀ ਜਿਹੜੇ ਵੱਡੀ ਉਮਰ ਦੇ ਬੈਠੇ ਜਿਹੜੇ ਨਾਲ ਬੰਦੇ ਸੀਗੇ ਦੋ ਤਿੰਨ ਨਾਲ ਰਹੇ ਜਿਨ੍ਹਾਂ ਨੇ ਦੇਖਿਆ ਉਹ ਸੁਰਗਵਾਸ ਹੋ ਗਏ ਦੇਖੇ ਵੀ ਸੀ ਵੀ ਕਿਹੋ ਜਿਹੇ ਕੱਦ ਦੇ ਕਿੰਨਾ ਕੱਦ ਸੀ ਕੱਦ ਘੱਟੋ ਘੱਟ ਉਹਨਾਂ ਦਾ 6 ਫੁੱਟ ਦੇ ਲੱਗ ਉੱਪੇ ਭਵੇਂ ਹੋਵੇ ਕੰਮ ਇੱਕ ਦੀ ਆਈ ਦੱਸ ਜਾਉਂ ਪਤਲਾ ਸੀ ਥੋੜਾ ਸਰੀਰ ਦੇ ਪਤਲੇ ਸਰੀਰ ਦੇ ਪਤਲੇ ਸਰੀਰ ਦੇ ਪਤਲੇ ਦੱਸਦੇ ਆ ਲੋਕਾਂ ਦੇ ਦੱਸਣ ਦੀ ਗੱਲ ਆ ਦਾਦੀ ਨੀ ਫਿਰ ਸੁਣਾਉਂਦੀ ਹੁੰਦੀ ਸੀ ਕਿਸੇ ਕੋਈ ਅਰਜਨ ਨਿਆਣੇ ਸੀ ਨਾ ਬਾਤਾਂ ਜੋਗੇ ਸੀ ਉੱਥੇ ਜਦੋਂ ਨੂੰ ਆਪ ਸੁਣਨ ਵਾਲੇ ਹੋਏ ਉਦੋਂ ਦਾਦੀ ਚੜ੍ਹਾਈ ਕਰ ਗਈ ਤੇ ਮੈਂ ਉੱਥੇ ਪੁੱਛਣ ਲੱਗ ਗਿਆ ਵੀ ਯਾਰ ਇੱਥੇ ਜਿਹੜਾ ਜਾਉਣਾ ਕਹਿੰਦੇ ਉਹਦਾ ਘਰ ਕਿੱਥੇ ਉਹ ਘਰ ਨੂੰ ਉਧਰਲੇ ਪਾਸੇ ਉਧਰਲੇ ਪਾਸੇ ਆਪਾਂ ਨੂੰ ਹੁੰਦਾ ਹੀ ਆ ਉਹਨਾਂ ਦਾ ਪਰਿਵਾਰ ਹੈਗਾ ਕਹਿੰਦੇ ਵੀ ਹੈਗਾ ਗੱਲ ਕਰਦੇ ਵੀ ਜਦੋਂ ਆਪਾਂ ਕਿਸੇ ਦਾ ਨਾਂ ਸੁਣਦੇ ਹਾਂ ਫਿਰ ਆਪਾਂ ਨੂੰ ਹੁੰਦਾ ਯਾਰ ਉਸ ਪਿੰਡ 'ਚ ਆਏ ਆਪਾਂ ਉਹਨਾਂ ਦਾ ਘਰ ਬਾਰ ਤਾਂ ਦੇਖ ਲਈਏ ਉਹਦੇ ਪੈਲੀ ਪੂਲੀ ਕਿਹੜੇ ਪਾਸੇ ਖੂਹੀ ਜੀ ਹੁੰਦੀ ਜਿੱਥੇ ਬੰਦੇ ਬਹਿੰਦੇ ਜਿਉਣੇ ਮੁੜ ਦੇ ਘਰ ਦੇ ਲਾਗੇ ਜਦੋਂ ਮੈਂ ਚੈਨਲ ਤੇ ਦੇਖੀ ਕੋਈ ਗੱਲਬਾਤ ਕੋਈ ਰਹਿ ਗਈ ਹੋਵੇ ਕਰਨ ਵਾਲੀ ਕਿ ਕੋਈ ਨਹੀਂ ਸਾਡੇ ਪੱਖੋਂ ਤਾਂ ਕੋਈ ਨਹੀਂ ਰਹੀ ਜੇ ਤੁਹਾਨੂੰ ਹੋਰ ਮਤਲਬ ਇੱਕ ਹਾਂ ਦੱਸਦੇ ਬੋਨੇ ਬਹੁਤ ਤਕੜਾ ਘਰ ਸੀ ਕਿਹੜਾ ਪਿੰਡ ਬਾਪੂ ਜੀ ਠੀਕ ਹੈ ਬਹੁਤ ਤਕੜਾ ਦੱਸਦੇ ਘਰ ਸੀਗਾ ਉੱਥੇ ਇਹਨੇ ਡਾਕਾ ਮਾਰਿਆ ਅੱਛਾ ਡਾਕਾ ਮਾਰਿਆ ਅਤੇ ਉਹ ਤਕੜਾ ਕਰਕੇ ਆਸ ਪਾਸ ਸਾਰੇ ਲੋਕ ਵੀ ਉਹਨਾਂ ਦੀ ਮਦਦ ਕਰਦੇ ਸੀ ਉਸ ਘਰ ਦੀ ਹਾਂਜੀ ਅਤੇ ਉਹ ਕਹਿੰਦੇ ਕੋਠੇ 'ਤੇ ਚੜ੍ਹ ਗਏ ਤਾਂ ਅੱਛਾ ਜੀ ਕੋਠੇ 'ਤੇ ਚੜ੍ਹ ਕੇ ਅਤੇ ਉੱਤੋਂ ਰੋੜੇ ਰਾੜੇ ਛੱਡਣ ਲੱਗ ਗਏ ਹੁਣ ਇਹਨਾਂ ਕੋਲ ਹਥਿਆਰ ਸੀ ਉਹ ਕਹਿੰਦੇ ਕੋਈ ਕੁੰਡਾ ਸੀ ਟੁੱਟਿਆ ਵਾ ਕੁੰਡਾ ਟੁੱਟਿਆ ਵਾ ਅਰਜਨ ਦੀ ਇੱਥੇ ਆ ਵੱਜਿਆ ਅੱਛਾ ਜੀ ਫਿਰ ਉੱਥੋਂ ਪਿੰਡ ਆ ਕੇ ਜਿਹੜਾ ਹਰੀ ਆ
जख्म हो गया ना देसी इलाज से उदो 20 दिन कहते इलाज बापू कहता होया 20 दिन पुलिस कहता झाकी नहीं वो बाल पीछे बंदा बैठा हो टक्कर लग गई सी मोगे जाके रैश कर ली सी मतलब ने रैश चक दी सी डरदिया नी उन्हां दा ओह ना नी जाणा पुरानी गल है पुरानी गल निकल गए बाहर गड्डा गुड्डा बोन लग गए पैसे बन गए माड़ी मोटी ढिड च रखदा ही है ਤੁਹਾਡਾ ਵੀ ਸਮਾਂ ਕਾਫੀ ਲੈ ਲਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਜੇ ਕੋਈ ਗੱਲ ਬਾਈ ਕੋਈ ਰਹਿ ਗਈ ਹੋਵੇ ਕੋਈ ਦੱਸਣਾ ਚਾਹੁੰਦਾ ਹੋਵੇ ਤਾਂ ਤੁਸੀਂ ਦੱਸ ਸਕਦੇ ਹੋ ਕੋਈ ਗੱਲ ਕੋਈ ਹੋਵੇ ਨਹੀਂ ਹੋਣ ਤਾਂ ਠੀਕ ਹੈ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਚੰਗਾ ਜੀ ਸਾਨੂੰ ਸਮਾਂ ਦਿੱਤਾ ਅਹਿਮ ਜਾਣਕਾਰੀ ਸਾਡੇ ਨਾਲ ਜਿਹੜੀ ਆਸਾਨ ਸੀ ਤੇ 2 ਮਿੰਟ ਬੈਠ ਜਾਓ ਸੋ ਜਿਵੇਂ ਪਹਿਲਾਂ ਵੀ ਗੱਲ ਕਰੀ ਆ ਕਿ ਅਰਜਨ ਵੈਲੀ ਦਾ ਨਾਂ ਚੱਲਿਆ ਉਹ ਇੱਕ ਦੋ ਹੋਰ ਮੁਲਾਕਾਤਾਂ ਵੀ ਆਈਆਂ ਹੋਰਨਾਂ ਪਿੰਡਾਂ ਦੀਆਂ ਤਾਂ ਸਾਨੂੰ ਪਤਾ ਲੱਗ ਕੇ ਜਿਹੜੀ ਅਸਲ ਅਰਜਨ ਵੈਲੀ ਦੀ ਗੱਲ ਚੱਲਦੀ ਆ ਉਹ ਇਹ ਦੋਦਰ ਪਿੰਡ ਦੇ ਸੀ ਤਾਂ ਦੋਦਰ ਪਿੰਡ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਨਾਲ ਰਾਬਤਾ ਹੋਇਆ ਖੁੱਲ੍ਹੀ ਗੱਲਬਾਤ ਉਹਨਾਂ ਦੇ ਪਰਿਵਾਰ ਦੇ ਨਾਲ ਕੀਤੀ ਆ ਖਾਸ ਕਰ ਜਿੰਨੀ ਕੁ ਜਾਣਕਾਰੀ ਸੀ ਜਿੰਨੇ ਕੁ ਕਿੱਸੇ ਇਹਨਾਂ ਨੇ ਜਿਹੜੇ ਆ ਸੁਣੇ ਸੀ ਜਿਵੇਂ ਬਾਪੂ ਜੀ ਹੋਰੇ ਬਲਵਿੰਦਰ ਸਿੰਘ ਹੋਰੀ ਦੱਸਦੇ ਨੇ ਕਿ ਕਹਿੰਦੇ ਜਿਹੜੇ ਨਾਲ ਦੇ ਬਜ਼ੁਰਗ ਸੀ ਉਹਨਾਂ ਦੇ ਵਿੱਚ ਹੁਣ ਕੋਈ ਨਹੀਂ ਰਿਹਾ ਸ਼ਾਇਦ ਜੇਕਰ ਇਹ ਰਿਕਾਰਡਿੰਗ ਇਹਦੂ 10 ਸਾਲ ਪਹਿਲਾਂ ਹੁੰਦੀ ਜਾਂ 12 ਸਾਲ ਪਹਿਲਾਂ ਹੁੰਦੀ ਤਾਂ ਉਹ ਕਿੱਸੇ ਵੀ ਤੁਹਾਨੂੰ ਤੁਹਾਡੇ ਅੱਗੇ ਪੇਸ਼ ਕਰ ਸਕਦੇ ਜਿਹੜੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਰਹੇ ਹੋਣਗੇ ਜਾਂ ਜਿਨ੍ਹਾਂ ਕੋਲ ਆ ਕੇ ਬਹਿੰਦੇ ਹੋਣਗੇ ਗੱਲਾਂ ਬਾਤਾਂ ਕਰਦੇ ਹੋਣਗੇ ਪਰ ਇਹ ਕਿੱਸੇ ਉਹ ਸੀ ਜਿਹੜੇ ਇਹਨਾਂ ਨੇ ਸੁਣੇ ਆਪਣੇ ਬਜ਼ੁਰਗਾਂ ਤੋਂ ਸੁਣੇ ਉਹ ਕਿੱਸੇ ਜਿਹੜੇ ਹੈਗੇ ਆ ਉਹ ਤੁਹਾਡੇ ਨਾਲ ਸਾਂਝੇ ਕੀਤੇ ਆ ਅਤੇ ਜੇਕਰ ਤੁਹਾਡਾ ਕੋਈ ਵੀ ਕਮੈਂਟ ਆ ਤੁਸੀਂ ਕਮੈਂਟ ਆਪਣਾ ਸਵਾਲ ਆ ਉਹ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਉਮੀਦ ਕਰਦਾ ਅੱਜ ਦੀ ਮੁਲਾਕਾਤ ਤੁਹਾਨੂੰ ਪਸੰਦ ਹੀ ਹੋਣੀ ਆ ਜੁੜੇ ਰਹੋ RMB ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਵਾਉਂਦੇ ਹੋ ਜਾਂ ਧੰਨਵਾਦ।